ਸਤਨਾਮ ਸ੍ਰੀ ਵਾਹਿਗੁਰੂ ਪਾਇਆ ਪੈ ਰੱਖਦਾ ਆ ਰਾਮ ਰਾਜੇ ਹਰਨਾ ਕਸੇ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੂਪ ਭਇਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਭਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਉਂ ਕਹੀਐ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੂੰ ਪਵਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਨ ਦੁਆਰੇ ਗਾਵਣ ਤੁਧਨੂੰ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੂੰ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਨੂੰ ਇੰਦਰ ਅੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੂੰ ਸਿੱਧ ਸਮਾਧੀ ਅੰਦਰ ਗਾਵਨ ਤੁਧਨੂੰ ਸਾਧ ਵਿਚਾਰੇ ਗਾਵਨ ਤੁਧਨੂੰ ਜਤੀ ਸਤੀ ਸੰਤੋਖੀ ਗਾਵਨ ਤੁਧਨੂੰ ਵੀਰ ਕਰਾਰੇ ਗਾਵਨ ਤੁਧਨੂੰ ਪੰਡਿਤ ਪਰਮ ਰਖੀਸੁਰ ਯੁਗ ਯੁਗ ਵੇਦਾਂ ਨਾਲੇ ਗਾਵਨ ਤੁਧਨੂੰ ਮੋਹਣੀਆਂ ਮਨਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਧਨੂੰ ਰਤਨੂ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਨ ਤੁਧਨੂੰ ਜੋਧ ਮਹਾਬਲ ਸੂਰਾ ਗਾਵਨ ਤੁਧਨੂੰ ਖਾਣੀ ਚਾਰੇ ਗਾਵਨ ਤੁਧਨੂੰ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੂੰ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜੇ ਨੋ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤੁਸ ਦੀ ਵਡਿਆਈ ਜੋ ਤੁਸ ਭਾਵਾ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖਿਆ ਸਭ ਗੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੋਰੇ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆਂ ਵਡਿਆਈਆ ਪੁਦਮਿਣ ਸਿੱਧੀ ਕਨੈਨਾ ਪਾਈਆ ਕਰਮ ਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਬੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੇ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖ ਖਾਏ ਚਲੀਐ ਦੁੱਖ
ਸੋ ਕਿਉਂ ਵਿਸਰਾ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਇ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਹੋ ਮਰਿਆ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਸਾਰੇ ਤੇ ਕਮਜਾਤ, ਨਾਨਕ ਨਾਵੈ ਵਾਜ ਸਨਾਤ, ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਵਾਸ, ਮੇਰੇ ਨੀਤ ਗੁਰਦੇਵ ਮੁਕੋ ਰਾਮ ਨਾਮ ਪਰਵਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ, ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੇ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗ ਹੀ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲੇਖਾਸ, ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮੈਂ ਜੰਤੂ ਪਾਏ, ਤਾਂ ਕਾ ਰਿਜਕ ਆਗਿਆ ਕਰ ਥਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ ਠਰਿਆ ਰਹਾਉ, ਜਾਨਨ ਪਿਤਾ ਲੋਕ ਸੁਤਵੰਤਾ, ਕੋਈ ਨਾ ਕਿਸਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਉਡੇ ਉਡ ਆਵੈ ਸੈ ਕੋਸਾ, ਤਿਸ ਪਾਚਾ ਬਚਰੇ ਸ਼ਰਿਆ, ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ, ਸਭ ਨਿਧਾਨ ਦਾ ਸਾਠ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਵੱਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ, ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾਗਮ ਪਾਰਾ, ਸਭ ਧਿਆਵੇ ਸਭ ਧਿਆਵੇ ਤੁਧ ਜੀ, ਹਰ ਸੱਚੇ ਸਿਰਜਣਹਾਰਾ, ਸਭ ਜੀਅਤ ਮਾਰੇ ਜੀ ਤੂੰ ਜੀਆਂ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਪੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੁਣ ਤੁਧ ਬਿਨਾਂ ਵਰਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵ ਹੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿੰਨ ਕੁਰਬਾਣਾ, ਹਰ ਧਿਆਵੇ ਤੁਧ ਜੀ, ਸੇ ਜਨ ਜੁਗਮੈ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿੰਨ ਤੂਟੀ ਜਮਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ,
ਜਿਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰੂ ਪਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਜੀ ਹਰ ਅਨਕਾ ਨੇਕ ਅਨੰਤਾ ਤੇਰੀ ਅਨਕ ਰੇ ਹਰ ਪੂਜਾ ਜੀ ਤਪੇ ਜਪੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਹ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵ ਡਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋਂ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੂੰ ਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝੀ ਮਾਂ ਏ ਤੁਝ ਬਿਨ ਦੂਜਾ ਕੋਈ ਨਾ ਏ ਜੀ ਜੰਤ ਸਭ ਤੇਰਾ ਖੇਲ ਬਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾਏ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਬਖਾਣੈ ਜਿਨਾਰ ਸੇਵਾ ਤਿੰਨ ਸੋ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਵੇਖੈ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਵਾਸਾ ਪਾਣੀ ਪਾਪਕ ਤਿਨੈ ਕੀਆ ਪੰਕ ਜੋ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਨ ਏਕ ਨਾ ਚੇਤ ਸਮੂਰ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੁਣ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜੰਤੂ ਨਾਹੀ ਬੀਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾ ਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਭੋਪਨ ਬ੍ਰਿਸ਼ਟ ਗਗਨ ਤੇ ਭਈ ਸਭ ਨਾਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨਹਾਰੇ ਦਾਸ ਜਾਨਮੋ ਲਿਓ ਉਵਾਰੇ ਕਵੀ ਉਵਾਚ ਬੇਨਤੀ ਚੌਪਈ ਹਮਰੀ ਕਰੋ ਹਾਡੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਾਨਣ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ
ਹਮਰੇ ਦੋਸ਼ਟ ਸਭੈ ਤੁਮ ਕਾਭੋ, ਆਪ ਹਾਰਦਾ ਮੋਹੇ ਬਚਾਵ। ਸੁਖੀ ਵਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦਾ ਕਰੀਐ, ਸਭ ਵੈਰਨ ਕੋ ਆਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤਮੈਂ ਛਾੜ ਕੋਈ ਔਰ ਨਾ ਧਿਆਉ, ਜੋ ਵਰ ਚਾਹੂ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸਤਰ ਹਮਾਰੇ ਮਾਰੀਐ। ਆਪ ਹਾਰਦੈ ਮੁਜੈ ਭਰੀਐ, ਮਰਨ ਕਾਲ ਕਾ ਤ੍ਰਾਸਨ ਵਰੀਐ। ਹੋ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤ ਜੂ ਕਰੀ ਹੋ ਰੱਛਾ। ਰਾਖ ਲੇ ਹੋ ਮੋਇ ਰਾਖ ਨਿਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸਕੰਤਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋ ਗੀਸ਼ਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ। ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਜਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਜੇਤੇ ਬਦਨ ਸਿੱਠ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭੀ ਤੇ ਰੈਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦਿ ਅਨੀਲ ਅਨਾਦ ਅਸੰਭ। ਤਾਂ ਕਾ ਮੂੜ ਚਾਰਤ ਭੇਦਾ, ਜਾਂ ਕੋ ਭੇਵ ਨਾ ਪਾਵਤ ਵੇਦਾ। ਤਾਂ ਕੋ ਕਰ ਪਾਹਨ ਮਾਨਤ, ਮਹਾਂ ਮੂੜ ਕਛ ਭੇਦ ਨਾ ਜਾਣਤ। ਮਹਾਂਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਏ ਤੇਤੀ। ਤੁਮਰਾ ਲੱਖਾ ਨਾ ਜਾਏ ਪਸਾਰਾ, ਕੇਵਿਦ ਸਜਾ ਪ੍ਰਥਮ ਸੰਸਾਰਾ। ਏਕਾ ਰੂਪ ਅਨੂਪ ਸਰੂਪਾ, ਰੰਗ ਭਇਉ ਰਾਵ ਕਹੀਂ ਭੂਪਾ। ਅੰਡ ਜਜੇਰ ਸੇ ਤਜਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ। ਕਹੂੰ ਭੂਰਾ ਜਾਵੈ ਬੈਠਾ, ਕਹੂੰ ਸਿਮਟ ਭਇਉ ਸੰਕਰ ਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ, ਆਦਿ ਜੁਗਾਦ ਸਰੂਪ ਸਵੰਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਅਵਾਰ ਅਸਿੱਖ ਸੰਘਰੋ। ਦੁਸ਼ਟ ਜਿੱਤੇ ਉਠਵਾ ਤੂਤ ਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸ ਤੁਜੇ ਤਬ ਸਰਨੀ ਪਰੇ, ਤਿਨਕੇ ਦੁਸ਼ਟ ਦੋ ਤਵੈ ਮਰੇ। ਪੁਰਖ ਜਵਨ ਭਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇਕ ਵਾਰ ਧਿਆ ਹੈ, ਤਾਂ ਕਿ ਕਾਲ ਨਿਕ ਨਹਿ ਐ ਹੈ।
ਰਚਾ ਹੋਏ ਪਾਏ ਸਭ ਕਾਲਾ, ਦੁਸ਼ਟ ਰਿਸ਼ਟ ਪਰੈ ਤਤ ਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿਓ, ਤਾਂ ਕਿ ਤਾਪ ਤਨਕ ਮੈਂ ਹਰਿਓ। ਹਰਿਦ ਸਿੱਧ ਕਰਮੋ ਸਭ ਹੋਈ, ਦੁਠ ਸ਼ਾਹ ਸਵੈ ਸਕੈ ਨਾ ਕੋਈ, ਏਕ ਵਾਰ ਜੰਤ ਮੈਂ ਸੰਭਾਰਾ, ਕਾਲ ਫਾਸਤੇ ਤਾਹੇ ਉਭਾਰਾ, ਜਿਨ ਨਰ ਨਾਮ ਤੇ ਹਾਰੂ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਡਾ ਲਿਓ ਉਭਾਰੀ, ਸਰਬ ਠੌਰ ਮੋ ਹੋ ਸਹਾਈ, ਦੌੜ ਦੋਖ ਤੇ ਲਿਓ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲਵ ਸਕਲ ਦੇ ਕੋ ਹਰਤਾ, ਦੁਸ਼ਟ ਦੁਖੀਅਨ ਕੋ ਸ਼ੈ ਕਰਤਾ, ਸ੍ਰੀ ਅਸਤੁਜ ਜਬ ਭੈ ਦਿਆਲਾ, ਪੂਰਨ ਕਰਾ ਗ੍ਰੰਥ ਤਤ ਕਾਲਾ, ਮਨ ਵਾਸ਼ਤ ਫਲ ਪਾਵੈ ਸੋਈ, ਦੁਖ ਨਾ ਤਿਸੈ ਵਿਆਪਤ ਕੋਈ ਅੜੈਲ, ਸੁਨੈ ਗੁੰਗ ਜੋ ਜਾਏ ਸੁਰਸ ਨਾ ਪਾਵੇ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵੇ, ਦੁਖ ਦਰਦ ਭਉ ਨਿਕਟ ਨਾ ਤਿੰਨ ਨਰ ਕੇ ਰਹਿ, ਹੋ ਜੋ ਜਾ ਕੇ ਇੱਕ ਵਾਰ ਚੌਪਈ ਕੋ ਕਹਿ ਚੌਪਈ, ਸੰਬਤ ਸਤਰੈ ਸੈਸ ਪਣਿਜੈ, ਅਰਧ ਸੈਸ ਪੁਨਤੀਨ ਕਹਿਜੈ, ਭਾਦਰਵ ਸੁਧੀ ਅਸ਼ਟਮੀ ਰਵਿਵਾਰਾ, ਤੀਰਸ ਤੁਧਰਵ ਗ੍ਰੰਥ ਸੁਧਾਰਾ, ਇਤ ਸ੍ਰੀ ਚਰਿਤ੍ਰੋ ਪਖਿਆਨੇ, ਤ੍ਰਿਆ ਚਰਿਤ੍ਰੇ ਮੰਤਰੀ ਭੂ ਸੰਵਾਦੇ, ਚਾਰ ਸੌ ਪਾਂਚ ਚਰਿਤ੍ਰ ਸਮਾਪਤ, ਮਸਤ ਸੁਭ ਮਸਤ ਅਫਜੂ ਦੋਹਰਾ, ਦਾਸ ਜਾਣ ਕਰ ਦਾਸ ਪਰ ਕੀਜੈ ਕਿਰਪਾ ਪਾਰ, ਆਪ ਹਾਦਰ ਰਾਖ ਮੋਹੇ, ਮਨ ਕ੍ਰਮ ਬਚਨ ਵਿਚਾਰ ਚੌਪਈ, ਮੈਂ ਨਾ ਗਨੇਛਾ ਪ੍ਰਥਮ ਬਨਾਉ, ਕਿਸਨ ਬਿਸਨ ਕਬਹੂ ਨ ਦਿਹਾਉ, ਕਾਨ ਸੁਨੇ ਪਹਿਚਾਨ ਨਾ ਤਿੰਨ ਸੋ, ਲਿਵ ਲਾਗੀ ਮੋਰੀ ਪਾਗਿਨ ਸੋ, ਮਹਾਂਕਾਲ ਰਖਵਾਰ ਹਮਾਰੂ, ਮਹਾਂਲੋਹ ਮੈਂ ਕਿੰਕਰ ਥਾਰੂ, ਆਪਣਾ ਜਾਨ ਕਰੋ ਰਖਵਾਰ, ਵਾਹੀ ਗਏ ਕੀ ਲਾਜ ਵਿਚਾਰ, ਆਪਣਾ ਜਾਨ ਮੁਝੈ ਪ੍ਰਤ ਪਰੀਐ, ਚੁਨ ਚੁਨ ਸਤਰ ਹਮਾਰੇ ਮਰੀਐ, ਦੇਗ ਤੇਗ ਜਗ ਮੈਂ ਦੋਈ ਚੱਲੇ, ਰਾਖਾ ਮੋਹਿ ਔਰ ਨ ਦਲੈ, ਤੁਮ ਮਮ ਕਰੋ ਸਦਾ ਪ੍ਰਤ ਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ, ਜਾਨ ਆਪਣਾ ਮੁਝੈ ਨਿਵਾਜ, ਆਪ ਕਰੋ ਹਮਰੇ ਸਭ ਕਾਜ, ਤੁਮ ਹੋ ਸਭ ਰਾਜਨ ਕੀ ਰਾਜਾ, ਆਪੇ ਆਪ ਗਰੀਬ ਨਿਵਾਜਾ, ਦਾਸ ਜਾਨ ਕਰ ਕਿਰਪਾ ਕਰੋ ਮੋਹੇ, ਹਾਰ ਪਰਾ ਮੈਂ ਦੁਆਰ ਤੋਏ, ਆਪਣਾ ਜਾਨ ਕਰੋ ਪ੍ਰਤ ਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ, ਦਾਸ ਜਾਨ ਦਇਆ ਤੋ ਵਾਰੂ, ਹਮਰੇ ਸਭ ਵੈਰੀਨ ਸੰਘਾਰੋ, ਪ੍ਰਥਮ ਧਰਮ ਭਾਗਵਤ ਕੋ ਧਿਆਨਾ, ਬੌਰ ਕਰੂੰ ਕਵਿਤਾ ਨਾਨਾ, ਕ੍ਰਿਸ਼ਨ ਜਥਾ ਮਤ ਚਰਿਤ੍ਰ ਉਚਾਰੋ, ਚੂਕ ਹੋਏ ਕਬ ਲਿਹੋ ਸੁਧਾਰੋ, ਕਵਿਓ ਵਾਚ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਿ ਹੂੰ ਜਗ ਮਾਹੇ, ਜੋ ਤੇ ਪ੍ਰਭ ਕੋ ਧਿਆਏ ਹੈ, ਅੰਤ ਸੁਰਗ ਕੋ ਜਾਏ ਦੋਹਰਾ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਏ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਹੇ ਦੋਹਰਾ, ਜਾ ਬਿਆਸ ਪ੍ਰਭ ਕੋ ਭਇਓ, ਜਨਮ ਤਰਾ ਜਗ ਆਏ, ਅਬ ਮੈਂ ਕਥਾ ਸੰਖੇਪ ਤੇ, ਸਭ ਹੂ ਕਹਿਤ ਸੁਣਾਏ, ਕਬ ਵਾਚ ਦੋਹਰਾ, ਠਾਡ ਭਇਓ ਮੈਂ ਜੋਰ ਕਰ, ਵਚਨ ਕਹਾ ਸਿਰ ਨਿਆਏ,
ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ ਦੂਰਾ। ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ ਸੰਤ, ਅੰਤ ਲਹਿੰਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ। ਕਾਲ ਪੁਰਖ ਕੀ ਦੇ ਮੋਹ ਕੋਟਕ ਵਿਸਨ ਮਹੇਸ਼, ਕੋਟ ਅੰਦਰ ਬ੍ਰਹਮਾ ਕਿਤੇ ਰਬ ਸਸ ਕਰੋ ਜਲੇਸ਼ ਦੋਹਰਾ। ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਾਗਤ ਨੇਤ, ਸੁਰਗ ਵਾਸ ਰਗਵਰ ਕਰਾ ਸਗਰੀ ਪੁਰੀ ਸਮੇਤ ਚੌਪਈ। ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਤਿਹ ਨਿਕਟ ਨਾ ਆਵੈ। ਵਿਸ਼ਨ ਭਗਤ ਕੀ ਇਹ ਫਲ ਹੋਈ, ਆਪ ਵਿਆਹ ਛਵ ਸਕੈ ਨਾ ਕੋਈ। ਸੰਮਤ ਸਤਰਾ ਸੈਸ ਪਚਾਵਨ, ਹਾਰ ਵਧੀ ਪ੍ਰਥਮ ਸੁਖਦਾਵਨ। ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਪਰੀ ਲੋ ਲਿਹੋ ਸੁਧਾਰਾ ਦੋਹਰਾ। ਨੇਤਰ ਤੁਮਕੇ ਚਰਨ ਤਰ ਸੁਤ ਦ੍ਰਵਤੀ ਤਰੰਗ, ਸ੍ਰੀ ਭਗਵਤ ਪੂਰਨ ਕੀਓ ਰਾਗਵਰ ਕਥਾ ਪ੍ਰਸੰਗ। ਸਾਦ ਅਸਾਦ ਜਾਨੋ ਨਹੀਂ, ਬਾਦ ਸੁਬਾਦ ਵਿਵਾਦ, ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ। ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਗ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹਿ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰੇ, ਵਖਾਨਿਓ ਦੋਹਰਾ। ਸਗਲ ਦੁਆਰ ਕੋ ਛਾੜ ਕੈ ਗਹੋ ਤੁਹਾਰੋ ਦੁਆਰ, ਬਾਹੀ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵੋ ਹਰੀ ਕੀਰਾ, ਮਨ ਜਿਨੀ ਬਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸਵਾਨੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੀ ਸਾਹਿਬਾ ਕਿਆ ਨਾਈ ਕਰਤੀ ਰਹਿ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਬਾਜੀ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ। ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋਂ, ਜਿਸ ਦੀਆਂ ਇਹ ਵਡਿਆਈਆ। ਕਹਿ ਨਾਨਕ ਸੁਣੋ ਸੰਤ, ਸ਼ਬਦ ਕਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਬਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਬਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕੈ ਲਾਗੇ।
ਕਹ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਡਾਵਣੀ ਮਹੱਲਾ ਪੰਜਵਾ ਥਾਲ ਵਿਜਤਨ ਵਸਤੂ ਪਈ ਹੋ ਸਤ ਸੰਤੋਖ ਵਿਚਾਰ। ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਭ ਸੋ ਉਧਾਰ। ਜੇ ਕੋ ਖਾਵੈ ਜੇ ਕੋ ਪਹੁੰਚੈ ਤਿਸਕਾ ਹੋਏ ਉਧਾਰ। ਇਹ ਵਸਤ ਜੀ ਨਾ ਜਾਈ ਨਿਤ ਨਿਤ ਰਾਖੁਰ ਧਾਰ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪੈ ਹੋਈ। ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ ਥੀਰੈ ਹਰਿਆ ਪੌੜੀ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀ ਉੱਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ ਨਾਈ ਤੇਰੈ ਛੱਡ ਜਾਏ। ਭਉ ਜਲ ਵਿਖਮਸਗਾ ਹੋ ਗੁਰਸਬ ਦੀ ਪਾਰੇ ਪਾਏ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ। ਕਲ ਮੈਂ ਹੋ ਪੁੰਨ ਗੁਣ ਗੋਬਿੰਦ ਗਾਏ। ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ। ਵਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਏ। ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜੇਬਾ ਜਉ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰੂ ਨਾਉ। ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ। ਜਗ ਮੈਂ ਉੱਤਮ ਕਾਢੀਐ ਹੈ ਬਿਰਲੇ ਕਈ ਕੇ। ਮਹੱਲਾ ਪੰਜਵਾ ਰੱਖੀ ਰੱਖਣ ਹਾਰਿਆ ਪਵਾਰਿਆ ਗੁਰ ਕੀ ਪੈਰੀ ਪਾਏ ਕਾ ਸਵਾਰਿਆ। ਹੋ ਆਪ ਦਿਆਲ ਮਨੋ ਨਾ ਵਿਸਾਰਿਆ। ਸਾਜਨਾ ਕੈ ਸੰਗ ਭਉ ਜਲ ਤਾਰਿਆ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਵਿਦਾਰਿਆ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ। ਉੱਚੇ ਤੇ ਉੱਚਾ ਭਗਵੰਤ ਸੁਗਲ ਸਮਗਰੀ ਤੁਮਰੇ ਸੂਤਰ ਧਾਰੀ। ਤੁਮ ਤੇ ਹੋਏ ਸਵਾਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਣੇ। ਨਾਨਕ ਦਾਸ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਨਿਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ। ਸ੍ਰੀ ਹਰਕ੍ਰਿਸ਼ਨ ਤੇ ਆਈਆ ਜਿਸ ਰੁੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾ ਨਿਗਾਵੇ ਧਾਏ।
ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕ ਬੋਲੋ ਜੀ ਵਾਹਿ। ਪੰਜਾਂ ਪਿਆਰੇ ਆ, ਚੌਂ ਸਾਹਿਬਜ਼ਾਦੇ ਆ, ਚਾਲੀਆਂ ਮੁਕਤਿਆਂ, ਅੱਠੀਆਂ ਜਪੀਆਂ ਤੱਪੀਆਂ, ਜਿਹਨਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਵ ਚਲਾਈ ਅਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਾਰਾਂ ਦੀ ਕਮਾਈ ਦਾ ਧਿਆਨ ਤਰਕ ਖਾਲਸਾ ਜੀ ਬੋਲੋ ਜੀ। ਜਿੰਨਾ ਸਮਾਂ ਸਿਮਣੀਆਂ ਧਰਮ ਹੇ ਸਿਉ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਲਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਹਾਰਿਆ, ਸਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿੱਤੇ ਆਵੇ, ਚਿੱਤੇ ਆਉਣ ਕਾ ਸਤਿਕਾਰ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾ ਤੇ ਦੇਖ ਤੇ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਵਾਹਿਗੁਰੂ ਸੁੱਖਾਂ ਨੂੰ ਸੁੱਖੀ ਦਾਨ, ਕੇਸ ਦਾਨ, ਰਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ ਸੁੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੀ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਪਿਤਾ ਜੀ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਊਟਾਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਚਰਨ ਕਮਲਾਂ ਵਿੱਚ ਸਰਬੱਤ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਬਾਬਾ ਸੰਘ ਦੇ ਸਥਾਨ 'ਤੇ ਸੋਹਦਾਰ ਸ੍ਰੀ ਰਹਿਰਾ ਸਾਹਿਬ ਦੇ ਪਾਠ ਹੋਏ ਹਨ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅਗਾਂਹ ਵਾਸਤੇ ਸਤਿਸਪੈਠ ਬਾਣੀ ਪੜ੍ਹਨ ਦਾ, ਸਵਾਹ ਕਰਨ ਦਾ ਬਲ ਬਖਸ਼ਿਸ਼ ਕਰਨਾ, ਪੜ੍ਹੀ ਸੁਣੀ ਬਾਣੀ ਸੱਚਖੰਡ ਖੇ ਪ੍ਰਵਾਨ ਕਰਨੀ, ਪੜ੍ਹੀ ਹੋਈ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਾ ਹੈ ਸੇਵਕ ਜਨ ਮਾਨੈ, ਪ੍ਰਤਾਪ ਗੁਰੂ ਨਿਸਤਾਰੇ ਦੇ ਮਾਵਕ ਅਨੁਸਾਰ ਅੱਜ ਦੇ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਥਾਪ ਕੇ ਪ੍ਰਕਾਸ਼ ਕਰਨਾ ਕੀਤਾ। ਸਤਿਗੁਰਾਂ ਦੇ ਪਹਿਲੇ ਪ੍ਰਕਾਸ਼ ਦਿਨ ਦੇ ਸੰਬੰਧ ਵਿੱਚ ਬੇਅੰਤ ਸੰਗਤਾਂ ਨੇ ਆਪ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ, ਹਾਜ਼ਰੀਆਂ ਅਤੇ ਤਿਲ ਫਿਰ ਪਿੰਡਾਵਾਂ ਦਰ ਅਤੇ ਪ੍ਰਵਾਨ ਕਰਨੀਆਂ, ਸੰਗਤਾਂ ਦੇ ਸਿਰ 'ਤੇ ਮੇਰਾ ਪ੍ਰੈਤ ਰੱਖਣਾ, ਦਰੋਂ ਕਰੋਂ ਗੁਰਸਿੱਖੀ, ਨਾਮਦਾਨ ਦੀ ਦਾਤ ਬਖਸ਼ਣੀ, ਚਰਨਾਂ ਦੀ ਪ੍ਰੀਤੀ ਬਖਸ਼ਣੀ, ਕਾਰੋਬਾਰਾਂ 'ਚ ਵਾਧੇ ਬਖਸ਼ਿਸ਼ ਕਰਨੇ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਬੱਚੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨਾ, ਖਾਲਸਾ ਪੰਥ ਦੀਆਂ ਸਦਾ ਵਾਸਤੇ ਚੜ੍ਹਦੀਆਂ ਕਲਾ ਕਰਨੀਆਂ, ਫੜੇ ਹੁਸਮਾਂ ਦੀ ਰਹੀਆਂ ਬਖਸ਼ ਕਰਨੀਆਂ, ਆਪਦੀਆਂ ਬਖਸ਼ਾਂ ਦਾਤਾਂ ਵਿੱਚੋਂ ਪੰਚਾਮ੍ਰਿਤ ਕੜਾ ਪ੍ਰਸਾਦ ਦੇਗ ਤਿਆਰ ਕਰਕੇ ਲਿਆਉਣੀ ਕੀਤੀ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਕਰੀ ਪਾਕ ਸਰ ਸੋਚ ਪਿੱਤਰਾ, ਹੁਣ ਲਾਓ ਭੋਗ ਹਰਾਏ, ਆਪ ਜੀ ਭੋਗ ਲਾਉਣਾ ਕਰੋ, ਲੱਗਿਆ ਹੈ ਭੋਗੜਾ ਪ੍ਰਸਾਦ, ਸੰਗਤਾਂ ਵਿੱਚ ਵਰਤਾਉਂਦੀ ਆਗਿਆ ਬਖਸ਼ੋ, ਜੇ ਸਕੇ ਸਵੇਂ ਦਾ ਪਿੱਤਰ ਨਾਮ ਜਪੇ, ਪਵਿੱਤਰ ਹੁਕਮਨਾਮੇ ਬੈਸ ਕੇ ਕਰਤਾਰਥ ਕਰੋ, ਸ਼ਾਮਾਂ ਦੇ ਸੁੰਦਰ ਦੁਆਰ ਸਜਾਉਂਦੀ ਆਗਿਆ ਬਖਸ਼ੋ, ਜੋ ਜੀ ਆਪ ਦੇ ਦਰ 'ਤੇ ਆਵੇ, ਸੁਰਾ ਜੀ ਖੁਸ਼ੀ ਜਾਵੇ, ਸੁਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈਆ ਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਗਵਾ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜੇ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਵਾਰੋਹੇ ਸਾ ਮਿਲੇਂਗੇ। ਬਚੇ ਸਰਣ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਜੋ ਸਰਦਾ ਕਰ ਸੇਵੰਦੇ। ਗੁਰ ਪਾਰੇ ਉਤਾਰਨ ਖੰਡਾ ਜਾ ਕੈ ਹਾਥ ਮੈਂ, ਕਲਗੀ ਸੋ ਹੈ ਸੋ ਹਮਰੀ ਰਛਿਆ ਕਰੇ। ਗੁਰੂ ਕਲਗੀ ਧਾਰ ਸੋ ਹਮਰੀ ਰਛਿਆ ਕਰੇ। ਗੁਰੂ ਕਲਗੀ ਧਾਰ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ। ਬਾਣੀ ਆ ਸਿਰ ਬਾਣੀ, ਜਿਨ ਕਾ ਨਦਰ ਕਰਮ ਹੋਆ ਹਿਰਦਾ ਤਿਨਾ ਸਮਾਣੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾ ਸ੍ਰੀ ਮਹੱਲਾ ਪੰਜਵਾ, ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਾ ਹੈ ਸੰਗ। ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ। ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਾ ਹੈ ਸੰਗ। ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ। ਜਨ ਕੋ ਪ੍ਰਭ ਆਪਣੇ ਕਾ ਤਾਣ, ਜੋ ਤੂੰ ਕਰੇ ਕਰਾਵਹਿ ਸੁਆਮੀ, ਸਾ ਮਸਲਤ ਪਰਵਾਣ। ਰਹਾਉ ਪਤ ਪਰਮੇਸ਼ਰ ਗਤ ਨਾਰਾਇਣ, ਧਨ ਗੋਪਾਲ ਗੁਣ ਸਾਖੀ, ਚਰਨ ਸਰਣ ਨਾਨਕ ਦਾਸ ਹਰ। ਹਰ ਸੰਤੀ ਏ ਬੁੱਧ ਜਾਤੀ, ਪਤ ਪਰਮੇਸ਼ਰ ਗਤ ਨਾਰਾਇਣ, ਧਨ ਗੋਪਾਲ ਗੁਣ ਸਾਖੀ, ਚਰਨ ਸਰਣ ਨਾਨਕ ਦਾਸ ਹਰ। ਹਰ ਸੰਤੀ ਇਹ ਬੁੱਧ ਜਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। Thank you.
ਕੌਣ ਤੂੰ ਹੈ ਮੇਰੇ ਸਵਾਮੀ ਮੈਂ ਹੋਰ ਥਾਉ ਨਾਹੀ ਜਿਸ ਪੈ ਤੈਨੂੰ ਬੇਨੰਤੀ ਮੇਰਾ ਦੁੱਖ ਸੁਖ ਤੁਝੇ ਪਾਸ ਆਨੰਦ ਗੁਣ ਨਿਦਾਨ ਗਰੀਬਨਵਾਜ ਗਰੀਬਨਵਾਜ ਤੁਰਕੀ ਬਾਣੀ ਆਏ 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 ਵਾਣੀ ਆਈ।
ਸੰਤ ਸੁਖ ਹੋਆ ਸਭ ਥਾਈ, ਸੁਖ ਹੋਆ ਸਭ ਥਾਈ, ਸੰਤ ਸੁਖ ਹੋਆ, ਸੰਤ ਸਭ ਥਾਈ, ਸੁਖ ਹੋਆ ਸਭ ਥਾਈ, ਪਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਿਆ ਸਭਨੀ ਜਾਈ, ਰਬ ਰਿਆ ਸਭਨੀ ਜਾਈ, ਸਭਨੀ ਜਾਈ, ਰਬ ਰਿਆ ਸਭਨੀ ਜਾਈ, ਰਬ ਰਿਆ ਸਭਨੀ ਜਾਈ, ਰਬ ਰਿਆ ਸਭਨੀ ਜਾਈ, ਤੁਰ ਕੀ ਬਾਣੀ ਆਏ, ਤੁਰ ਕੀ ਬਾਣੀ ਆਏ, ਤੁਰ ਕੀ ਬਾਣੀ ਆਏ, ਤੁਰ ਕੀ ਬਾਣੀ ਸਭਨੀ ਜਾਏ, ਰਬ ਰਿਹਾ ਸਭਨੀ ਜਾਏ, ਪਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਿਹਾ ਸਭਨੀ ਸਭਨੀ ਜਾਏ, ਰਬ ਰਿਹਾ ਸਭਨੀ ਜਾਏ, ਰਬ ਰਿਹਾ ਸਭਨੀ ਜਾਏ, ਤੁਰ ਕੀ ਬਾਣੀ ਆਏ, ਤੁਰ ਕੀ ਬਾਣੀ ਆਏ, ਤੁਰ ਕੀ ਬਾਣੀ ਆਏ, ਤੁਰ ਕੀ ਬਾਣੀ ਆਏ, ਆਏ ਕੀ ਵਾਣੀ ਆਏ।
ਸੱਚ ਬਖਾਨਾ ਤੁਰ ਕੀ ਬਾਣੀ ਆਏ, 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 ਤਿਨ ਸਗਲੀ ਚਿੰਤ ਮਿਟਾਏ, ਤਿਨ ਸਗਲੀ ਚਿੰਤ ਮਿਟਾਏ, ਸਗਲੀ ਚਿੰਤ ਮਿਟਾਈ, ਤਿਨ ਸਗਲੀ ਚਿੰਤ ਮਿਟਾਏ, ਤਿਨ ਸਗਲੀ ਚਿੰਤ ਮਿਟਾਏ, ਤਿਨ ਸਗਲੀ ਚਿੰਤ ਮਿਟਾਏ, ਤਿਨ ਸਗਲੀ ਚਿੰਤ ਮਿਟਾਈ, ਤਿਨ ਵਾਣੀ ਆਏ, ਸਗਲੀ ਚਿੰਤ ਮਿਟਾਏ, ਤਿੰਨ ਸਗਲੀ ਚਿੰਤ ਮਿਟਾਏ, ਤਿੰਨ ਸਗਲੀ ਚਿੰਤ ਮਿਟਾਏ, ਸਗਲੀ ਚਿੰਤ ਮਿਟਾਏ, ਤਿੰਨ ਸਗਲੀ ਚਿੰਤ ਮਿਟਾਏ, ਤੁਰ ਕੀ ਵਾਣੀ ਆਏ,
ਚੱਲ ਅਵਨਾਸੀ ਸਿਮਰਿੰਗ ਸੋਈ ਪੁਰਖ ਅਚੱਲ ਅਵਨਾਸੀ ਜਿਸ ਸਿਮਰਤ ਦੁਰ ਮਤ ਮਲ ਨਾਸੀ ਜਿਸ ਸਿਮਰਤ ਦੁਰਮਤ ਮਨ ਨਾਸੀ ਜਿਸ ਸਿਮਰਤ ਦੁਰਮਤ ਮਨ ਨਾਸੀ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ ਹਰ ਰਸਨ ਵਸਾਇਓ ਭਗਤ ਜੋਗ ਤੋ ਜੈ ਤਵਾਰ ਹਰ ਜਨ ਕੇ ਉਪਾਇਓ ਭਗਤ ਜੋਗ ਤੋ ਜੈ ਤਵਾਰ ਹਰ ਜਨ ਕੇ ਉਪਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਰਸਨ ਵਸਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ ਸਿਮਰਤ ਦੁਰ ਮਤ ਮਲ ਨਾਸੀ ਜਿਸ ਸਿਮਰਤ ਦੁਰ ਮਤ ਮਲ ਨਾਸੀ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ ਹਰ ਰਸਨ ਵਸਾਇਓ ਹਰ ਰਸਨ ਵਸਾਇਓ ਹਰ ਰਸਨ ਵਸਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ ਸਤਿਗੁਰ ਚਰਨ ਕ
ਵਿਚਾਰਨ ਗੁਰ ਅਰਜਨ ਗੁਣ ਸਹਿਜ ਵਿਚਾਰਨ ਸਬਦ ਗੁਰੂ ਪਰ ਕਾਸਿਓ ਹਰ ਰਸਨ ਵਸਾਇਓ ਸਬਦ ਗੁਰੂ ਪਰ ਕਾਸਿਓ ਹਰ ਰਸਨ ਵਸਾਇਓ ਹਰ ਰਸਨ ਵਸਾਇਓ ਹਰ ਰਸਨ ਵਸਾਇਓ ਰਸਨ ਵਸਾਇਓ ਰਸਨ ਵਸਾਇਓ ਸਬਦ ਗੁਰੂ ਪਰ ਕਾਸਿਓ ਹਰ ਰਸਨ ਵਸਾਇਓ ਸਬਦ ਗੁਰੂ ਪਰ ਕਾਸਿਓ ਹਰ ਰਸਨ ਵਸਾਇਓ ਰਾਮਦਾਸ ਕਰ ਕੀਓ ਪਰਗਾਸਾ ਸਗਲ ਮਨੋਰਥ ਪੂਰੀ ਆਸਾ ਗੁਰੂ ਰਾਮਦਾਸ ਘਰ ਗੁਰੂ ਰਾਮਦਾਸ ਕਰ ਸਗਲ ਮਨੋਰਥ ਪੂਰੀ ਆਸਾ ਗੁਰੂ ਰਾਮਦਾਸ ਕਰ ਕੀਓ ਪਰਗਾਸਾ ਸਗਲ ਮਨੋਰਥ ਪੂਰੀ ਆਸਾ 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 ਸਬਦ ਗੁਰੂ ਪਰ ਕਾਸਿਓ ਹਰ ਰਸਨ ਵਸਾਇਓ ਸਬਦ ਗੁਰੂ ਪਰ ਕਾਸਿਓ ਹਰ ਰਸਨ ਵਸਾਇਓ ਹਰ ਰਸਨ ਵਸਾਇਓ ਰਸਨ ਵਸਾਇਓ ਰਸਨ ਵਸਾਇਓ ਰਸਨ ਵਸਾਇਓ ਰਸਨ ਵਸਾਇਓ ਸਬਦ ਗੁਰੂ ਪਰ ਕਾਸਿਓ ਹਰ ਰਸਨ ਵਸਾਇਓ ਸਬਦ ਗੁਰੂ ਪਰ ਕਾਸਿਓ ਹਰ ਰਸਨ ਵਸਾਇਓ ਕਲ ਜੋੜ ਕਰ ਸੋ ਜਾਸ ਬਿਖਾਣਿਆ ਭਗਤ ਜੋਗ ਕੋ ਜੈਤਵਾਰ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਆ ਗੁਰਮਤ ਬ੍ਰਹਮ ਪਛਾਣਿਆ ਕਲ
ਸੁਜਾਸ ਬਿਖਾਣੇ, ਪਲ ਜੋੜ ਕਰ ਸੁਜਾਸ ਬਿਖਾਣੇ, ਸਬਦ ਗੁਰੂ ਪਰ ਕਾਸਿਓ ਹਰ ਰਸਨ ਵਸਾਇ, ਸਬਦ ਗੁਰੂ ਪਰ ਕਾਸਿਓ ਹਰ ਰਸਨ ਵਸਾਇਓ, ਹਰ ਰਸਨ ਵਸਾਇਓ, ਹਰ ਰਸਨ ਵਸਾਇਓ, ਹਰ ਰਸਨ ਵਸਾਇਓ, ਰਸਨ ਵਸਾਇਓ, ਹਰ ਰਸਨ ਵਸਾਇਓ, ਸਬਦ ਗੁਰੂ ਪਰ ਕਾਸਿਓ ਹਰ ਰਸਨ ਵਸਾਇਓ, ਸਬਦ ਗੁਰੂ ਪਰ ਕਾਸਿਓ ਹਰ ਰਸਨ ਵਸਾਇਓ, ਹਰ ਰਸਨ ਵਸਾਇਓ, ਭਗਤ ਜੋਗ ਤੋ ਜੈਤਵਾਰ ਹਰ ਜਨ ਕੇ ਉਪਾਇਓ, ਭਗਤ ਜੋਗ ਤੋ ਜੈਤਵਾਰ ਹਰ ਜਨ ਕੇ ਉਪਾਇਓ, ਹਰ ਜਨ ਕੇ ਉਪਾਇਓ, ਹਰ ਜਨ ਕੇ ਕੇ ਉਪਾਇਓ, ਹਰ ਜਨ ਕੇ ਉਪਾਇਓ, ਸ਼ਬਦ ਗੁਰੂ ਪਰ ਕਾਸਿਓ ਹਰ ਰਸਨ ਵਸਾਇਓ, ਸ਼ਬਦ ਗੁਰੂ ਪਰ ਕਾਸਿਓ ਹਰ ਰਸਨ ਵਸਾਇਓ, ਹਰ ਰਸਨ ਵਸਾਇਓ, ਹਰ ਰਸਨ ਸਾਇਓ, ਵਾਹਿਗੁਰੂ। ਪਿਆਰੇ ਸਾਧ ਸਿੰਘ ਜੀਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਦੇਣੀ। ਸੋ ਅੱਜ ਦਾ ਜੋ ਸ਼ੁਭ ਦਿਹਾੜਾ ਹੈ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦਾ ਹੈ। ਸਾਰੀਆਂ ਸਿੱਖ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਸੋ ਦਾਸਾਂ ਦੇ ਸਮੇਂ ਦੀ ਇੱਥੇ ਸਮਾਪਤੀ ਹੈ। ਹੁਣ ਆਪ ਜੀ ਨੂੰ ਭਾਈ ਸਾਹਿਬ ਭਾਈ ਬਘੇਲ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਉਹ ਗੁਰਬਾਣੀ ਦੀ ਕਥਾ ਵਿਚਾਰ ਔਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ 'ਤੇ ਇਤਿਹਾਸ 'ਤੇ ਚਾਨਣਾ ਪਾਉਣਗੇ ਜੀ। ਸੋ ਦਾਸਾਂ ਨੂੰ ਬਖਸ਼ੋ ਖਿਮਾ ਦਿਓ, ਛੁੱਟੀਆਂ ਲਵਾਓ, ਹਾਜ਼ਰੀਆਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਪਵਿੱਤਰ ਦਰਬਾਰ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋ ਕਰਕੇ ਰੋਜ਼ਾਨਾ ਦੀ ਤਰ੍ਹਾਂ ਸਤਿਗੁਰ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰ ਰਹੇ ਗੁਰਮੁਖ ਪਿਆਰੇ ਸਾਧ ਸੰਗਤ ਜੀ, ਸਤਿਗੁਰ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਪਿਛਲੇ ਕਾਫੀ ਦਿਨਾਂ ਤੋਂ 15 ਅਗਸਤ ਤੋਂ ਲੈ ਕਰਕੇ ਜੋ ਸਤਿਗੁਰ ਜੀ ਦੇ ਚਰਨਾਂ ਦਾ ਓਟ ਆਸਰਾ ਤੱਕਦਿਆਂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੰਪੂਰਨਤਾ ਦਿਵਸ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਮੁੱਖ ਰੱਖ ਕਰਕੇ ਜੋ ਲੜੀਵਾਰ ਸੰਧਿਆ ਦੇ ਦੀਵਾਨ ਸਜਾਏ ਜਾਂਦੇ ਨੇ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸੋਧਾ ਰਹਿਰਾ ਸਾਹਿਬ ਜੀ ਦੀ ਬਾਣੀ ਤੋਂ ਉਪਰੰਤ ਕੀਰਤਨ ਅਤੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10ਵੇਂ ਪਾਤਸ਼ਾਹ ਜੀ ਦੇ ਤੱਕ ਗੁਰੂ ਸਾਹਿਬ ਜੀ ਦੀ ਗੁਰਬਾਣੀ, ਭਗਤ ਸਾਹਿਬ ਜੀ ਦੀ ਗੁਰਬਾਣੀ, ਗੁਰਸਿੱਖਾਂ ਦੀ ਗੁਰਬਾਣੀ ਅਤੇ ਭੱਟ ਸਾਹਿਬਾਨਾਂ ਦੀ ਗੁਰਬਾਣੀ ਦੇ ਰੂਪ ਦੇ ਅੰਦਰ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਖਾਲਸਾ ਪੰਥ ਦੇ ਰਹਿਬਰ ਦੋ ਜਹਾਨ ਦੇ ਵਾਲੀ ਸਾਡੇ ਸਤਿਗੁਰੂ ਜਿਨ੍ਹਾਂ ਦੇ ਲੜਸਾ ਨੂੰ ਲਾਇਆ ਹੈ, ਉਹਨਾਂ ਦੇ ਅੰਦਰ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਗੁਰਮੁਖ ਪਿਆਰਿਆਂ ਨੂੰ, ਉਹਨਾਂ ਮਹਾਂਪੁਰਖਾਂ ਨੂੰ ਸਥਾਨ ਦਿੱਤਾ ਹੈ, ਉਹਨਾਂ ਦੇ ਜੀਵਨ ਦੇ ਉੱਪਰ ਲੜੀਵਾਰ ਵਿਚਾਰਾਂ ਆਪਾਂ ਕਰਦੇ ਆ ਰਹੇ ਹਾਂ। ਸੋ ਪਿਛਲੇ ਦਿਨਾਂ ਦੇ ਅੰਦਰ ਗੁਰਮੁਖ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸੰਪੂਰਨਤਾ ਦਿਹਾੜੇ ਲੰਘ ਕੇ ਗਏ ਨੇ ਅਤੇ ਦੂਸਰਾ ਦਿਵਸ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹੜਾ ਕਿ ਦਿਹਾੜਾ ਅੱਜ ਸੰਗਤਾਂ ਮਨਾ ਰਹੀਆਂ ਹਨ, ਜਿਨ੍ਹਾਂ ਨੂੰ ਮੁੱਖ ਰੱਖ ਕਰਕੇ ਆਪਾਂ ਇਹ 40 ਦਿਨ ਦੇ ਦੀਵਾਨ ਆਰੰਭ ਕੀਤੇ ਸਨ ਅਤੇ ਸਤਿਗੁਰੂ ਜੀ ਨੇ ਰਹਿਮਤ ਕਰਦਿਆਂ ਅੱਜ ਦੇ ਦੀਵਾਨਾਂ ਤੱਕ ਆਪਣੀ ਕਿਰਪਾ ਸਦਕਾ ਸੰਗਤਾਂ ਦੀ ਹਾਜ਼ਰੀ ਭਰਾਈ ਹੈ ਅਤੇ ਆਉਣ ਵਾਲੇ ਦਿਨਾਂ ਦੇ ਅੰਦਰ ਵੀ 23 ਸਤੰਬਰ ਤੱਕ ਜੋ ਇਹ ਦੀਵਾਨ ਚੱਲਣੇ ਨੇ, ਜਿਨ੍ਹਾਂ ਦੀ ਸਮਾਪਤੀ 23 ਸਤੰਬਰ ਦਿਨ ਐਤਵਾਰ ਵਾਲੇ ਦਿਨ ਕੀਤੀ ਜਾਣੀ ਹੈ, ਸਤਿਗੁਰੂ ਰਹਿਮਤ ਕਰਨ, ਆਪਣੇ ਚਰਨਾਂ ਦੀ ਸੇਵਾ ਆਪਣੇ ਸੇਵਕਾਂ ਪਾਸੋਂ ਲੈ ਸਕਣ।
ਸੋ ਅੱਜ ਦੇ ਦੀਵਾਨ ਦੀ ਆਰੰਭਤਾ ਕਰਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਪਾਸ ਹਾਜ਼ਰੀ ਲਵਾਵਾਂ। ਕਿਰਪਾ ਕਰੋ ਇੱਕੋ ਵਾਰ ਕਹਿਣ 'ਤੇ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਤਿਗੁਰ ਜੀ ਦੀ ਰਹਿਮਤ ਰੂਪ ਦੇ ਅੰਦਰ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸ਼ਬਦ ਰੂਪ ਕਰਕੇ ਸ਼ਾਮਿਲ ਕੀਤਾ। ਉਹਨਾਂ ਦੇ ਵਿੱਚੋਂ ਤਿੰਨ ਗੁਰਸਿੱਖ ਸਾਹਿਬਾਨ ਜੀ ਦੇ ਜੀਵਨ ਆਪਾਂ ਸਰਵਣ ਕਰ ਚੁੱਕੇ ਹਾਂ ਅਤੇ ਚੌਥੇ ਗੁਰਸਿੱਖ ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਾਣ ਬਖਸ਼ਿਆ, ਬਾਬਾ ਸੁੰਦਰ ਜੀ ਕਰਕੇ ਉਹਨਾਂ ਦਾ ਜ਼ਿਕਰ ਆਪਾਂ ਨੂੰ ਮਿਲਦਾ ਹੈ। ਸੋ ਸੰਗਤ ਜੀ, ਬਾਬਾ ਸੁੰਦਰ ਜੀ ਜਿਹੜੇ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੜਪੋਤੇ ਨੇ, ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੜਪੋਤੇ ਨੇ, ਬਾਬਾ ਮੋਹਰੀ ਜੀ ਦੇ ਪੋਤਰੇ ਨੇ ਪੋਤੇ ਨੇ ਅਤੇ ਬਾਬਾ ਆਨੰਦ ਜੀ ਦੇ ਸਪੁੱਤਰ ਹਨ। ਗੁਰੂ ਦੀ ਅੰਸ਼ ਵੰਸ਼ 'ਚੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਅਤੇ ਸੰਗਤ ਜੀ, ਵਿਚਾਰ ਕਰਦਿਆਂ, ਇਤਿਹਾਸ ਪੜ੍ਹਦਿਆਂ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਦਿਆਂ ਪਤਾ ਲੱਗਦਾ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਕਿਰਪਾ ਕੀਤੀ। ਸੋ ਬਾਬਾ ਸੁੰਦਰ ਜੀ ਦਾ ਆਗਮਨ ਵੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ 'ਤੇ ਇਤਿਹਾਸ ਲਿਖਦਾ ਹੈ ਕਿ ਹੋਇਆ ਹੈ। ਗੁਰੂ ਸਾਹਿਬ ਜੀ ਨੇ ਵਡੇਰੀ ਉਮਰ ਹੋਣ ਦੇ ਬਾਵਜੂਦ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੀ ਸੇਵਾ ਨਿਭਾਈ ਅਤੇ ਗੁਰੂ ਨਾਨਕ ਨੇ ਸੇਵਾ ਨੂੰ ਮੁੱਖ ਰੱਖਦਿਆਂ ਸੰਗਤ ਜੀ ਸੇਵਾ ਦਾ ਫਲ ਕੀ ਦਿੱਤਾ ਹੈ ਕਿ ਆਪਣੀ ਗੱਦੀ ਦੇ ਵਾਰਸ ਹੀ ਬਣਾ ਦਿੱਤਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੋ ਗੁਰੂ ਨਾਨਕ ਦੀ ਜੋਤ ਦੇ ਵਾਰਸ ਬਣੇ ਨੇ। ਪਹਿਲੇ ਦੀਵਾਨਾਂ ਦੇ ਅੰਦਰ ਜਿਸ ਦਿਨ ਆਪਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਸਰਵਣ ਕੀਤਾ ਸੀ ਕਿ ਦੇਖੋ ਗੁਰੂ ਨਾਨਕ ਦੇ ਦਰ ਘਰ ਦੀ ਵਡਿਆਈ, ਜਿਹੜਾ ਨਿਮਾਣਾ ਹੋ ਕਰਕੇ, ਜਿਹੜਾ ਨਿਤਾਣਾ ਹੋ ਕਰਕੇ ਗੁਰੂ ਦੇ ਦਰ 'ਤੇ ਆ ਗਿਆ, ਗੁਰੂ ਦੇ ਦਰ ਦੀ ਸੇਵਾ ਕਰ ਲਈ, ਗੁਰੂ ਦੇ ਚਰਨਾਂ 'ਚ ਆਪਣੇ ਆਪ ਨੂੰ ਭੇਟਾ ਕਰ ਦਿੱਤਾ ਕਿ ਸਤਿਗੁਰੂ ਅੱਜ ਤੋਂ ਤੇਰੇ ਲੜ ਲੱਗੇ ਹਾਂ ਅਤੇ ਤੇਰੇ ਬਗੈਰ ਸਾਡਾ ਹੋਰ ਕੋਈ ਨਹੀਂ, ਦੁਨੀਆ ਭਾਵੇਂ ਜਿੰਨੇ ਮਰਜ਼ੀ ਬੋਲ ਕਬੋਲ ਬੋਲੇ, ਕੀ ਕੁਝ ਕਹਿਣਾ ਪਿਆ ਲੋਕਾਂ ਨੂੰ, ਕੀ ਕੁਝ ਬੋਲ ਸੁਣਨੇ ਪਏ, ਪਰ ਉਸ ਗੁਰੂ ਦੀ ਸੇਵਾ ਦੇ ਅੰਦਰ ਰੰਚਕ ਮਾਤਰ ਵੀ ਫਰਕ ਨਹੀਂ ਆਇਆ, ਮਨ ਦੇ ਅੰਦਰ ਇਹ ਭਾਵ ਨਹੀਂ ਆਇਆ ਕਿ ਕੁੜਮਾਚਾਰੀ ਦਾ ਸੰਬੰਧ ਬਣਦਾ ਹੈ ਅਤੇ ਰਿਸ਼ਤੇਦਾਰਾਂ ਦੇ ਆ ਕਰਕੇ ਸੇਵਾ ਕਰਨੀ ਪੈ ਰਹੀ ਹੈ। ਨਹੀਂ ਭਾਈ, ਸੇਵਾ ਉਸ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜੋਤ ਦੀ ਚਰਨਾਂ ਦੀ ਹੋ ਰਹੀ ਹੈ, ਦੁਨਿਆਵੀ ਰਿਸ਼ਤੇ ਮਹਿਨਾ ਨਹੀਂ ਰੱਖਦੇ। ਸਤਿਗੁਰ ਨੇ ਕਿਰਪਾ ਕੀਤੀ, ਆਪਣੇ ਜੀਵਨ ਕਾਲ ਦੇ ਅੰਦਰ ਬੜੀਆਂ ਰਹਿਮਤਾਂ ਕੀਤੀਆਂ ਨੇ, ਗੁਰੂ ਨਾਨਕ ਦੇ ਉਪਦੇਸ਼ ਨੂੰ ਅੱਗੇ ਵਧਾਇਆ ਹੈ ਅਤੇ ਉਸ ਸਮੇਂ ਦੇ ਅੰਦਰ ਚੱਲ ਰਹੀਆਂ ਕੁਰੀਤੀਆਂ, ਸੰਗਤ ਜੀ ਸਤੀ ਪ੍ਰਥਾ ਆਦਿਕ, ਕਿ ਜਿੱਥੇ ਬੀਬੀਆਂ ਨੂੰ ਪੈਰ ਦੀ ਜੁੱਤੀ ਦੇ ਬਰਾਬਰ ਸਮਝਿਆ ਜਾਂਦਾ ਸੀ, ਗੁਰੂ ਨਾਨਕ ਦੇ ਦਰ ਘਰ ਨੇ ਦਰਜਾ ਦੇ ਕਰਕੇ ਆਪਣੇ ਬਰਾਬਰ ਦਾ ਸਥਾਨ ਬਖਸ਼ਿਸ਼ ਕੀਤਾ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਰਾ ਜੀਵਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸੰਦੇਸ਼ ਨੂੰ, ਉਪਦੇਸ਼ ਨੂੰ ਸੰਗਤਾਂ ਨੂੰ ਸੁਣਾਉਂਦੇ ਨੇ ਅਤੇ ਆਪਣੇ ਜੀਵਨ ਦੇ ਅੰਦਰ ਉਸ ਨੂੰ ਢਾਲਦੇ ਰਹੇ ਨੇ ਅਤੇ ਅੰਤਮ ਸਮੇਂ ਤੱਕ ਸੰਗਤ ਜੀ ਗੁਰੂ ਨਾਨਕ ਦੇ ਉਸ ਸ਼ਬਦ ਦਾ ਪ੍ਰਚਾਰ ਕੀਤਾ ਹੈ। ਅਤੇ ਜਿੱਥੇ ਦੁਨਿਆਵੀ ਰੂਪ ਦੇ ਅੰਦਰ ਇਹ ਕੁਰੀਤੀਆਂ ਸਮਾਜ ਅੰਦਰ ਪੈਦਾ ਹੋਈਆਂ ਸਨ, ਉਹਨਾਂ ਕੁਰੀਤੀਆਂ ਦਾ ਵੀ ਖੰਡਨ ਸਤਿਗੁਰੂ ਜੀ ਨੇ ਕੀਤਾ ਹੈ। ਆਖਰੀ ਸਮੇਂ ਤੱਕ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਕੌਤਕ ਵਰਤਾਏ ਅਤੇ ਇਹ ਗੱਲ ਸਮਝਾਈ ਕਿ ਉਹਨਾਂ ਸਮਿਆਂ ਦੇ ਅੰਦਰ
ਜੋ ਬ੍ਰਾਹਮਣ ਦੇ ਰੂਪ ਦੇ ਅੰਦਰ ਸੰਗਤਾਂ ਨੂੰ ਉਲਝਾਇਆ ਜਾਂਦਾ ਸੀ ਕਿ ਜਿਉਂਦਿਆਂ ਜੀ ਕਾਰਜ ਕਰਨੇ ਨੇ ਤੇ ਤਾਂ ਵੀ ਪੰਡਿਤ ਨੂੰ ਪੁੱਛਣਾ ਪੈਣਾ ਏ, ਕੋਈ ਖੁਸ਼ੀ ਦਾ ਕਾਰਜ ਏ ਤੇ ਤਾਂ ਵੀ ਪੁੱਛਣਾ ਪੈਣਾ ਏ, ਗਮੀ ਦਾ ਕਾਰਜ ਏ ਤਾਂ ਵੀ ਪੁੱਛਣਾ ਪੈਣਾ ਏ। ਇੱਥੋਂ ਤੱਕ ਮਨ ਅੰਦਰ ਇਹ ਡਰਾਵਾ ਬਿਠਾ ਦਿੱਤਾ ਗਿਆ ਕਿ ਭਾਈ ਜੇ ਪਰਮਾਤਮਾ ਨੂੰ ਮਿਲਣਾ ਹੈ ਤੇ ਉਹ ਇੱਕ ਪੰਡਿਤ ਹੀ ਹੈ ਜਿਹੜਾ ਤੁਹਾਨੂੰ ਪਰਮਾਤਮਾ ਨਾਲ ਮਿਲਾ ਸਕਦਾ ਹੈ, ਜਿਹੜਾ ਉਹਦੀ ਸੇਵਾ ਨਹੀਂ ਕਰਦਾ, ਮਾਨੋ ਪਰਮਾਤਮਾ ਦੀ ਸੇਵਾ ਨਹੀਂ ਕਰਦਾ, ਤੇ ਉਸ ਬ੍ਰਾਹਮਣ ਨੂੰ ਹੀ ਪਰਮਾਤਮਾ ਦਾ ਰੂਪ ਜਿਹੜਾ ਉਹ ਪ੍ਰਚਲਿਤ ਕਰ ਦਿੱਤਾ ਗਿਆ। ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਇਹਨਾਂ ਕੁਰੀਤੀਆਂ ਤੋਂ ਹਟਾਇਆ, ਸਿੱਖਾਂ ਨੂੰ ਆਪਣੀ ਵੱਖਰੀ ਹੋਂਦ ਤੇ ਗੁਰਬਾਣੀ ਦੇ ਰੂਪ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਦਿਨ ਤਿਉਹਾਰ ਮਨਾਉਣ ਵਾਸਤੇ, ਖੁਸ਼ੀਆਂ ਗਮੀਆਂ ਮਨਾਉਣ ਵਾਸਤੇ ਗੁਰਬਾਣੀ ਉਚਾਰ ਕਰਕੇ ਸਾਡੀ ਝੋਲੀ ਵਿੱਚ ਪਾਈ। ਤੇ ਜਿਸ ਨਿਰਾਲੇ ਪੰਥ ਦੀ, ਜਿਸ ਵੱਖਰੇ ਪੰਥ ਦੀ ਅਸੀਂ ਗੱਲ ਕਰਦੇ ਹਾਂ, ਸੰਗਤ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਆਰੰਭ ਹੋ ਚੁੱਕਾ ਸੀ ਤੇ ਵੱਖੋ ਵੱਖਰੀਆਂ ਰੀਤਾਂ ਸਮੇਂ ਸਮੇਂ ਅਨੁਸਾਰ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸੋ ਅੰਤਮ ਸਮੇਂ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਜਾਣਿਆ ਕਿ ਭਾਈ ਅਕਾਲ ਪੁਰਖ ਦਾ ਸੱਦਾ ਆ ਗਿਆ ਹੈ, ਉਸ ਅਕਾਲ ਪੁਰਖ ਦਾ ਹੁਕਮ ਆ ਗਿਆ ਹੈ, ਇਹ ਸਰੀਰ ਨਾਸ਼ਵਾਨ ਹੈ, ਇਸ ਧਰਤੀ 'ਤੇ ਪੈਦਾ ਹੋਇਆ, ਇਸ ਧਰਤੀ 'ਤੇ ਸਾਨੂੰ ਛੱਡਣਾ ਪੈਣਾ ਹੈ, ਤੇ ਸਾਰੇ ਪਰਿਵਾਰ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਇਕੱਤਰ ਕੀਤਾ ਹੈ। ਤੇ ਜਿਸ ਦੇ ਪ੍ਰਥਾਏ ਸੰਗਤ ਜੀ ਰਾਮਕਲੀ ਸੱਦ ਗੁਰਬਾਣੀ ਦੇ ਰੂਪ ਦੇ ਵਿੱਚ ਅਸੀਂ ਸ਼ਬਦ ਸਰਵਣ ਕਰਦੇ ਹਾਂ, ਸਤਿਗੁਰੂ ਜੀ ਦੀ ਗੁਰਬਾਣੀ ਪੜ੍ਹਦੇ ਹਾਂ, ਤੇ ਬਾਬਾ ਸੁੰਦਰ ਜੀ ਜਿਹਨਾਂ ਦਾ ਜੀਵਨ ਆਪਾਂ ਅੱਜ ਸਰਵਣ ਕਰ ਰਹੇ ਹਾਂ, ਉਸ ਸਮੇਂ ਉੱਥੇ ਹਾਜ਼ਰ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਪਾਸ। ਇਤਿਹਾਸਕਾਰ ਤੇ ਗੁਰੂ ਕੇ ਪਿਆਰੇ ਇਸ ਗੱਲ ਨੂੰ ਦੱਸਦੇ ਨੇ ਕਿ ਇਸ ਸ਼ਬਦ ਦੇ ਅੰਦਰ, ਇਸ ਗੁਰਬਾਣੀ ਦੇ ਅੰਦਰ ਮੇਰੇ ਸਤਿਗੁਰ ਨੇ ਕਿਰਪਾ ਕੀਤੀ ਹੈ ਕਿ ਇਹ ਉਸ ਅਕਾਲ ਪੁਰਖ ਦਾ ਸੱਦਾ ਹੈ, ਤੇ ਉਸ ਨਿਰੰਕਾਰ ਨੇ ਇਹ ਵਿਧ ਬਣਾਈ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਕਿ ਭਾਈ ਇਹ ਸਰੀਰ ਜਿਸ ਨੂੰ ਪਰਮਾਤਮਾ ਨੇ ਪੈਦਾ ਕੀਤਾ ਹੈ ਤੇ ਇੱਕ ਦਿਨ ਜਾਣਾ ਵੀ ਪੈਣਾ ਹੈ, ਤੇ ਜਿਉਂਦੇ ਜੀ ਜਿੱਥੇ ਉਸਨੂੰ ਯਾਦ ਕਰਨਾ ਹੈ, ਤੇ ਉਹਦੇ ਜਾਣ ਤੋਂ ਮਗਰੋਂ, ਸਰੀਰ ਛੱਡਣ ਤੋਂ ਮਗਰੋਂ ਵੀ ਜਿਹੜੀਆਂ ਸਾਡੀਆਂ ਕਿਰਿਆਵਾਂ ਨੇ ਗੁਰਮਤ ਅਨੁਸਾਰ ਕਿਵੇਂ ਕੀਤੀਆਂ ਜਾਣ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਇਸ ਗੁਰਬਾਣੀ ਦੇ ਰੂਪ ਦੇ ਰਾਹੀਂ ਸੰਗਤਾਂ ਨੂੰ ਉਪਦੇਸ਼ ਕੀਤਾ ਹੈ। ਸਤਿਗੁਰ ਭਾਣੇ ਆਪਣੇ ਬੈਠਾ ਪਰਿਵਾਰ ਸਦਾਏ, ਕਿ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਾਰੇ ਪਰਿਵਾਰ ਨੂੰ ਇਕੱਤਰ ਕੀਤਾ ਹੈ ਕਿ ਭਾਈ ਸਾਡਾ ਆਖਰੀ ਸਮਾਂ ਆ ਗਿਆ ਹੈ, ਆਓ ਤੇ ਤੁਹਾਡੇ ਨਾਲ ਕੁਝ ਬਚਨ ਸਾਂਝੇ ਕਰ ਸਕਾਂ। ਤੇ ਆਪਣੇ ਘਰ ਪਰਿਵਾਰ ਨੂੰ ਸਤਿਗੁਰ ਨੇ ਹੁਕਮ ਕੀਤਾ ਹੈ ਕਿ ਉਸ ਅਕਾਲ ਪੁਰਖ ਦੇ ਸੱਦੇ ਨੂੰ ਕੋਈ ਮੋੜ ਨਹੀਂ ਸਕਦਾ, ਤੇ ਅਸੀਂ ਚਾਹੁੰਦੇ ਹਾਂ ਕਿ ਜਦੋਂ ਅਸੀਂ ਇਹ ਸਰੀਰ ਛੱਡੀਏ ਤੇ ਸਾਡੇ ਜਾਣ ਤੋਂ ਬਾਅਦ ਜਿਹੜੀਆਂ ਅੰਤਿਮ ਰਸਮਾਂ ਹਨ ਉਹਨਾਂ ਨੂੰ ਪਖੰਡ ਦੇ ਰੂਪ ਦੇ ਵਿੱਚ, ਕਰਮਕਾਂਡ ਦੇ ਰੂਪ ਦੇ ਵਿੱਚ ਨਾ ਮਨਾਇਆ ਜਾਵੇ। ਸਰੀਰ ਛੱਡਣ ਤੋਂ ਉਪਰੰਤ ਗੁਰੂ ਕੀ ਗੁਰਬਾਣੀ ਦਾ ਕੀਰਤਨ ਹੋਵੇ, ਗੁਰੂ ਕੀ ਗੁਰਬਾਣੀ ਪੜ੍ਹੀ ਜਾਵੇ, ਰੋਣਾ ਵਿਰਲਾਪ ਕਰਨਾ, ਧਾਹਾਂ ਮਾਰਨੀਆਂ, ਤੇ ਉਹਨਾਂ ਸਮਿਆਂ ਦੀਆਂ ਸੰਗਤ ਜੀ ਜਿਹੜੀਆਂ ਰੀਤਾਂ ਹੋਇਆ ਕਰਦੀਆਂ ਸਨ ਕਿ ਮ੍ਰਿਤਕ ਸਰੀਰ ਦੀ ਆਖਰੀ ਸਮੇਂ ਦੀ ਕਿਰਿਆ ਵਜੋਂ ਮ੍ਰਿਤਕ ਦੇਹ ਨੂੰ ਸ਼ਿੰਗਾਰਨਾ, ਤੇ ਜਿਸ ਸੀੜੀ ਦੇ ਉੱਪਰ, ਜਿਸ ਤਖਤੇ ਦੇ ਉੱਪਰ ਸਰੀਰ ਲਿਜਾਇਆ ਜਾਂਦਾ ਹੈ ਉਸ ਨੂੰ ਸ਼ਿੰਗਾਰਨਾ, ਉਪਰੰਤ ਪਿੰਡ ਭਰਨੇ, ਪਤਲ ਕਿਰਿਆਵਾਂ ਕਰਨੀਆਂ, ਵੱਡਿਆਂ ਦੇ ਨਾਂ ਤੇ, ਪੁਰਖਾਂ ਦੇ ਨਾਂ ਤੇ ਸ਼ਰਾਧ ਕਰਨੇ, ਅਨੇਕਾਂ ਐਸੇ ਕਾਰਜ ਉਸ ਸਮੇਂ ਦੌਰਾਨ ਕੀਤੇ ਜਾਂਦੇ ਸਨ।
ਸੋ ਸਤਿਗੁਰ ਨੇ ਕਿਰਪਾ ਕੀਤੀ, ਸਤਿਗੁਰ ਭਾਣੇ ਆਪਣੇ ਬੈਠਾ ਪਰਿਵਾਰ ਸਦਾਏ, ਮਤ ਮੈਂ ਪਿੱਛੋਂ ਕੋਈ ਰੋਗ ਸੀ ਕਿ ਮੇਰੇ ਮਗਰੋਂ ਕਿਸੇ ਨੇ ਭਾਈ ਰੋਣਾ ਨਹੀਂ, ਮਤ ਮੈਂ ਪਿੱਛੋਂ ਕੋਈ ਰੋਗ ਸੀ ਮੈਂ ਮੂਲ ਨਾ ਪਾਏ, ਕਿ ਮੈਨੂੰ ਇਹ ਗੱਲ ਬਿਲਕੁਲ ਨਹੀਂ ਭਾਵੇਗੀ ਜੇ ਮੇਰੀਆਂ ਖੁਸ਼ੀਆਂ ਚਾਹੁੰਦੇ ਹੋ ਤੇ ਮੈਂ ਜਿਉਂਦੇ ਜੀ ਇਹ ਗੱਲ ਤੁਹਾਡੇ ਨਾਲ ਸਾਂਝੀ ਕਰ ਚੱਲਿਆ ਕਿ ਮੇਰੇ ਜਾਣ ਤੋਂ ਮਗਰੋਂ ਰੋਣਾ ਵਿਰਲਾਪ ਕਰਨਾ ਤੇ ਇਹੋ ਜਿਹੀਆਂ ਕਿਰਿਆਵਾਂ ਕਰਕੇ ਸਾਡੇ ਹੁਕਮ ਦੀ ਅਦੂਲੀ ਨਹੀਂ ਕਰਨੀ, ਇਹਨਾਂ ਬਚਨਾਂ ਤੇ ਪਹਿਰਾ ਦੇਣਾ ਹੈ ਕਿ ਗੁਰੂ ਕੀ ਗੁਰਬਾਣੀ ਦਾ ਜਾਪ ਕਰਨਾ ਹੈ। ਅੰਤ ਹੈ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੋ, ਕਿ ਮੇਰੇ ਤੋਂ ਮਗਰੋਂ ਕੀਰਤਨ ਕਰਨਾ ਹੈ ਉਸ ਗੁਰਬਾਣੀ ਦਾ। ਕਿਹੜੀ ਗੁਰਬਾਣੀ ਦਾ? ਜਿਹੜੀ ਗੁਰਬਾਣੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਤੱਕ ਗੁਰੂ ਨਾਨਕ ਦੀ ਜੋਤ ਦੇ ਰਾਹੀਂ ਸਤਿਗੁਰੂ ਉਚਾਰਦੇ ਆਏ ਨੇ, ਤੇ ਸੰਗਤਾਂ ਨੇ ਇਸ ਬਚਨ ਨੂੰ ਸੰਗਤ ਜੀ ਪੂਰਾ ਮੰਨਿਆ ਵੀ। ਤੇ ਜ਼ਿਕਰ ਮਿਲਦਾ ਹੈ ਕਿ ਸਤਿਗੁਰੂ ਜੀ ਨੇ ਅੰਤ ਸਮੇਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਵਾਰਸ ਬਣਾਇਆ ਹੈ ਤੇ ਸੰਗਤਾਂ ਨੂੰ ਹੁਕਮ ਕੀਤਾ ਹੈ ਕਿ ਭਾਈ ਅਸੀਂ ਇਹ ਸਰੀਰ ਛੱਡ ਕੇ ਜਾ ਰਹੇ ਹਾਂ ਤੇ ਸਾਡੇ ਤੋਂ ਬਾਅਦ ਗੁਰੂ ਨਾਨਕ ਦੀ ਜੋਤ ਦੇ ਰੂਪ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਬਿਰਾਜਮਾਨ ਹੋਣਗੇ ਤੇ ਇਹਨਾਂ ਨੂੰ ਕਰਤਾਰ ਜਾਣ ਕਰਕੇ ਇਹਨਾਂ ਦੇ ਹੁਕਮ ਦੀ ਪਾਲਣਾ ਕਰਨੀ ਹੈ। ਤੇ ਸਭ ਤੋਂ ਪਹਿਲਾਂ ਬਾਬਾ ਮੋਹਰੀ ਜੀ ਉਹਨਾਂ ਨੇ ਆਪ ਜੀ ਦੇ ਬਚਨਾਂ ਨੂੰ ਮੰਨਦਿਆਂ ਹੋਇਆਂ ਜਦੋਂ ਆਪ ਜੀ ਨੇ ਗੁਰਤਾ ਗੱਦੀ ਦਾ ਤਿਲਕ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦਿੱਤਾ ਹੈ ਤੇ ਚਰਨਾਂ 'ਤੇ ਨਮਸਕਾਰ ਕੀਤੀ ਹੈ, ਉਪਰੰਤ ਸਭ ਸੰਗਤਾਂ ਨੇ ਵਾਰੋ ਵਾਰੀ ਨਮਸਕਾਰ ਕੀਤੀ ਹੈ ਤੇ ਬਾਬਾ ਸੁੰਦਰ ਜੀ ਵੀ ਉਸ ਸਮੇਂ ਸੰਗਤ ਜੀ ਉੱਥੇ ਮੌਜੂਦ ਸਨ ਤੇ ਗੁਰਬਾਣੀ ਦੇ ਰੂਪ ਦੇ ਵਿੱਚ ਬਾਬਾ ਸੁੰਦਰ ਜੀ ਨੇ ਇਹਨਾਂ ਸ਼ਬਦਾਂ ਨੂੰ ਆਪਣੀ ਕਲਮ ਦੇ ਰਾਹੀਂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਦਰ ਜੋ ਗੁਰਬਾਣੀ ਦਰਜ ਹੈ ਉਹ ਨੋਟ ਕੀਤਾ ਹੈ। ਜੋ ਸਤਿਗੁਰ ਨੇ ਬਚਨ ਕੀਤੇ ਸਨ ਇਹ ਗੁਰਬਾਣੀ ਦੇ ਸ਼ਬਦ ਬਾਬਾ ਸੁੰਦਰ ਜੀ ਨੇ ਆਪ ਲਿਖੇ ਸਨ ਤੇ ਇਸੇ ਕਰਕੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹਨਾਂ ਦਾ ਦਿਹਾੜਾ ਆਪਾਂ ਅੱਜ ਮਨਾ ਰਹੇ ਹਾਂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ, ਗੁਰਸਿੱਖਾਂ ਨੇ ਜਦੋਂ ਬੇਨਤੀ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ ਰਹਿਮਤ ਕਰੋ ਤੇ ਮੈਂ ਸੰਖੇਪ ਰੂਪ ਦੇ ਵਿੱਚ ਆਪ ਜੀ ਦੇ ਨਾਲ ਸਾਂਝ ਕਰਾਂ ਕਿ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਉਸਾਰੀ ਉਹ ਹੋ ਚੁੱਕੀ ਹੈ, ਪਵਿੱਤਰ ਸਰੋਵਰ ਦੀ ਖੁਦਾਈ ਹੋ ਰਹੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਬਿਰਾਜਮਾਨ ਨੇ, ਸਾਰੀ ਸੇਵਾ ਦੀ ਦੇਖਰੇਖ ਕਰਦੇ ਨੇ ਤੇ ਗੁਰਸਿੱਖ ਸੇਵਾ ਵਾਸਤੇ ਆਉਂਦੇ ਨੇ ਤੇ ਕੁਝ ਇੱਕ ਸਿੰਘ ਕੁਝ ਇੱਕ ਪਿਆਰੇ ਸੇਵਾ ਕਰਦਿਆਂ ਕਰਦਿਆਂ ਗੁਰਬਾਣੀ ਪੜ੍ਹ ਰਹੇ ਨੇ, ਪੰਗਤੀਆਂ ਉਚਾਰ ਰਹੇ ਨੇ। ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਓ, ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਇਹ ਪੰਗਤੀਆਂ ਆਪਣੇ ਸੁਣੀਆਂ ਹੋਣਗੀਆਂ। ਆਮ ਕਰਕੇ ਪੰਜਾਬ ਦੀ ਧਰਤੀ ਦੇ ਉੱਪਰ ਟਰੱਕਾਂ ਟਰਾਲਿਆਂ ਦੇ ਉੱਪਰ ਇਹ ਪੰਗਤੀਆਂ ਲਿਖੀਆਂ ਮਿਲਦੀਆਂ ਸਨ ਸੰਗਤ ਜੀ, ਤੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੰਨਾਂ ਦੇ ਅੰਦਰ ਇਹ ਪੰਗਤੀਆਂ ਪਈਆਂ ਨੇ ਤੇ ਸਤਿਗੁਰ ਨੇ ਬੁਲਾ ਕਰਕੇ ਪੁੱਛਿਆ ਹੈ ਕਿ ਭਾਈ ਕਿੱਥੋਂ ਆਏ ਹੋ ਤੇ ਕੀ ਪੜ੍ਹ ਰਹੇ ਹੋ, ਤੇ ਪਤਾ ਲੱਗਾ ਹੈ ਸਤਿਗੁਰ ਜੀ ਗੁਰਬਾਣੀ ਪੜ੍ਹ ਰਹੇ ਹਾਂ, ਤੇ ਸਤਿਗੁਰ ਨੇ ਕਿਰਪਾ ਕੀਤੀ ਰਹਿਮਤ ਕੀਤੀ ਕਿ ਭਾਈ ਇਹ ਜਿਹੜੀਆਂ ਪੰਗਤੀਆਂ ਪੜ੍ਹ ਰਹੇ ਹੋ ਇਹ ਕੱਚੀ ਬਾਣੀ ਹੈ, ਗੁਰਬਾਣੀ ਨਹੀਂ, ਕਿੱਥੋਂ ਪ੍ਰਾਪਤ ਹੋਈ ਹੈ? ਤੇ ਗੁਰਸਿੱਖਾਂ ਨੇ ਦੱਸਿਆ ਹੈ ਜੀ ਆਪ ਜੀ ਦੇ ਹੀ ਕੁੱਲ ਦੇ ਰਿਸ਼ਤੇਦਾਰ ਭਰਾ ਸੰਬੰਧੀ ਇਹ ਕਿਤਾਬ 'ਚ ਛਾਪ ਕੇ ਵੰਡਦੇ ਨੇ ਤੇ ਤੁਹਾਡੇ ਬਰਾਬਰ ਗੁਰਤਾ ਗੱਦੀ ਦੇ ਵਿਰਾਜਮਾਨ ਹੋਣ ਦਾ ਦਾਅਵਾ ਕਰਦੇ ਨੇ ਤੇ ਉਹਨਾਂ ਵੱਲੋਂ ਇਹ ਪਰਚੀਆਂ ਵੰਡੀਆਂ ਜਾਂਦੀਆਂ ਨੇ ਤੇ ਜਿਹਦੇ ਅੰਦਰ ਸੰਗਤਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਦੀ ਗੁਰਬਾਣੀ ਹੈ
ਤੇ ਸੰਗਤ ਜੀ ਭੁਲੇਖਾ ਪੈਣਾ ਸੁਭਾਵਕ ਸੀ ਕਿ ਦੋਵਾਂ ਪੰਕਤੀਆਂ ਦੇ ਅੰਦਰ ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਓ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਜਦੋਂ ਪੰਕਤੀਆਂ ਅਸੀਂ ਵੀ ਸਰਵਣ ਕਰਦੇ ਹਾਂ ਤੇ ਲੱਗਦਾ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ ਤੇ ਸਤਿਗੁਰ ਸੱਚੇ ਪਾਤਸ਼ਾਹ ਉਸੇ ਵਕਤ ਸਮਝ ਗਏ ਕਿ ਭਾਈ ਇਹ ਸੱਚ ਦੇ ਵਿੱਚ ਕੱਚ ਰਲਾਇਆ ਜਾ ਰਿਹਾ ਹੈ। ਆਉਣ ਵਾਲਾ ਸਮਾਂ ਆਵੇਗਾ ਕਿ ਗੁਰਸਿੱਖਾਂ ਨੂੰ ਸੱਚੀ ਬਾਣੀ, ਧੁਰ ਦਰਗਾਹੀ ਬਾਣੀ ਅਤੇ ਕੱਚੀ ਬਾਣੀ ਦਾ ਫਰਕ ਕਰਨਾ ਮੁਸ਼ਕਿਲ ਹੋ ਜਾਵੇਗਾ। ਸੇ ਇਸੇ ਕਾਰਨ ਕਰਕੇ ਸੰਗਤ ਜੀ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ ਸੇਵਾ ਆਰੰਭ ਕਰਾਈ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਜਿੰਨੀ ਗੁਰਬਾਣੀ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ ਤੇ ਉਹਨਾਂ ਦੇ ਨਾਲ ਭਗਤ ਸਾਹਿਬਾਨ, ਭੱਟ ਸਾਹਿਬਾਨ, ਗੁਰਸਿੱਖ ਸਾਹਿਬਾਨ ਜਿਨ੍ਹਾਂ ਨੇ ਗੁਰਬਾਣੀ ਦੇ ਰੂਪ ਦੇ ਵਿੱਚ ਸਤਿਗੁਰ ਨੇ ਅਸਥਾਨ ਦਿੱਤਾ ਸੀ, ਉਹਨਾਂ ਸਭ ਦੀ ਬਾਣੀ ਨੂੰ ਇਕੱਤਰ ਕੀਤਾ, ਇਕੱਤਰ ਕਰਕੇ ਇੱਕ ਗ੍ਰੰਥ ਤਿਆਰ ਕੀਤਾ ਗਿਆ ਜਿਸਨੂੰ ਕਿ ਆਦਿ ਗ੍ਰੰਥ ਸਾਹਿਬ ਕਿਹਾ ਜਾਂਦਾ ਸੀ। ਪੋਥੀ ਪਰਮੇਸ਼ਰ ਕਾ ਥਾਨ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਰਬਾਰ ਸਾਹਿਬ ਜੀ ਦੀ ਉਸਾਰੀ ਕਰਾ ਕਰਕੇ ਪਹਿਲੇ ਪ੍ਰਕਾਸ਼ ਪੁਰਬ ਜਿਸਨੂੰ ਆਪਾਂ ਕਹਿੰਦੇ ਹਾਂ, ਜਦੋਂ ਪਹਿਲੀ ਵੇਰ ਪੋਥੀ ਦੇ ਰੂਪ ਦੇ ਵਿੱਚ ਆਦਿ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਾਈ ਤੇ ਦਰਬਾਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਨੂੰ ਹੈੱਡ ਗ੍ਰੰਥੀ ਲਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਸੁਸ਼ੋਭਿਤ ਕੀਤੇ ਤੇ ਜਿਨ੍ਹਾਂ ਅੰਦਰੋਂ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਜਿਹੜਾ ਪਹਿਲੀ ਵੇਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕੀਤਾ ਗਿਆ ਤੇ ਹੁਕਮਨਾਮਾ ਸਾਹਿਬ ਆਇਆ ਹੈ। ਸੋ ਕਈ ਵਾਰ ਸੰਗਤਾਂ ਇਹ ਸੋਚਦੀਆਂ ਨੇ ਕਿ ਧੰਨ ਸਾਹਿਬ ਸ੍ਰੀ ਗੁਰੂ ਕਲਗੀਧਰ ਪਿਤਾ ਮਹਾਰਾਜ ਜਿਨ੍ਹਾਂ ਦੇ ਜੀਵਨ ਅੰਦਰ ਅਸੀਂ ਦੱਸਦੇ ਹਾਂ ਕਿ ਗੁਰੂ ਸਾਹਿਬ ਜੀ ਨੇ ਦਮਦਮਾ ਸਾਹਿਬ ਜੀ ਦੀ ਧਰਤੀ ਦੇ ਉੱਪਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੰਪੂਰਨ ਕੀਤਾ ਤੇ ਅਬਚਲ ਨਗਰ ਨੰਦੇੜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਤੋ ਇਹ ਦੋ ਦਿਹਾੜੇ ਸੰਗਤ ਜੀ ਵੱਖੋ ਵੱਖਰੇ ਨੇ। ਪਹਿਲਾ ਪ੍ਰਕਾਸ਼ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਦਿ ਗ੍ਰੰਥ ਦੇ ਰੂਪ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਦਰਬਾਰ ਸਾਹਿਬ ਸੁਸ਼ੋਭਿਤ ਕੀਤਾ ਹੈ ਤੇ ਸੰਪੂਰਨਤਾ ਦਿਵਸ ਸੰਗਤ ਜੀ ਉਸਨੂੰ ਮਨਾਇਆ ਜਾਂਦਾ ਹੈ ਜਦੋਂ ਗੁਰੂ ਕਲਗੀਧਰ ਪਿਤਾ ਜੀ ਨੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਮਾਪਤ ਕਰਦਿਆਂ ਬਚਨ ਕੀਤੇ ਸਨ ਕਿ ਅੱਜ ਤੋਂ ਬਾਅਦ ਸਰੀਰਕ ਰੂਪ ਦੇ ਅੰਦਰ ਗੁਰੂ ਸਾਹਿਬ ਨਹੀਂ ਹੋਣਗੇ, ਸ਼ਬਦ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਹੋਣਗੇ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਸ ਦਿਨ ਸਤਿਗੁਰ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ। ਤੋ ਇਹ ਦੋ ਦਿਹਾੜੇ ਜਿਹੜੇ ਨੇ ਉਹ ਵੱਖੋ ਵੱਖ ਨੇ। ਸੋ ਰਹੋ ਵਿਚਾਰ, ਅੱਜ ਦਾ ਦਿਹਾੜਾ ਜਿਹੜਾ ਆਪਾਂ ਮਨਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ, ਉਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਦੁਆਰਾ ਹਨ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੀ ਬਾਬਾ ਸੁੰਦਰ ਜੀ ਜਿਨ੍ਹਾਂ ਦੇ ਜੀਵਨ ਬਾਰੇ ਆਪਾਂ ਅੱਜ ਵਿਚਾਰ ਕਰ ਰਹੇ ਹਾਂ, ਉਹਨਾਂ ਨੂੰ ਜੋ ਗੁਰਬਾਣੀ ਸਤਿਗੁਰ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ ਤੇ ਬਾਬਾ ਸੁੰਦਰ ਜੀ ਨੇ ਪੰਕਤੀਆਂ ਦੇ ਰਾਹੀਂ ਲਿਖਾਵਟ ਦੀ ਸੇਵਾ ਕੀਤੀ, ਸ਼ਬਦ ਲਿਖਿਆ ਹੈ ਤੇ ਬਾਬਾ ਸੁੰਦਰ ਜੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅਸਥਾਨ ਬਖਸ਼ਿਸ਼ ਕੀਤਾ ਹੈ। ਸੋ ਸਤਿਗੁਰ ਜੀ ਨੇ ਰਹਿਮਤ ਕੀਤੀ ਕਿ ਇਸ ਸਾਰੇ ਸ਼ਬਦ ਦੇ ਅੰਦਰ ਸਾਨੂੰ ਇਹ ਨਿਰਣਾ ਦਿੱਤਾ ਹੈ ਸੰਗਤ ਜੀ, ਸਾਨੂੰ ਇਹ ਉਪਦੇਸ਼ ਦਿੱਤਾ ਹੈ ਕਿ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪੰਥ ਦੇ ਵਾਰਸ, ਗੁਰੂ ਨਾਨਕ ਦੀ ਸਿੱਖੀ ਨੂੰ ਮੰਨਣ ਵਾਲੇ ਇਸ ਗੱਲ ਦਾ ਖਿਆਲ ਰੱਖਣ ਕਿ ਜਦੋਂ ਪਰਮਾਤਮਾ ਖੁਸ਼ੀ ਬਖਸ਼ਿਸ਼ ਕਰਦਾ ਹੈ, ਕੋਈ ਜੀਵ ਘਰ ਦੇ ਅੰਦਰ ਆਉਂਦਾ ਹੈ ਭਾਵੇਂ ਇਸਤਰੀ ਭਾਵੇਂ ਪੁਰਸ਼ ਹੈ, ਤਦ ਵੀ ਪਰਮਾਤਮਾ ਦਾ ਸ਼ੁਕਰ ਕਰਦਿਆਂ ਗੁਰੂ ਕੀ ਗੁਰਬਾਣੀ ਪੜ੍ਹਨੀ ਹੈ,
ਅਤੇ ਜਦੋਂ ਉਸ ਪਰਮਾਤਮਾ ਦਾ ਸੱਦਾ ਆ ਜਾਂਦਾ ਹੈ ਅਤੇ ਜਾਣ ਤੋਂ ਬਾਅਦ ਵੀ ਸੰਗਤ ਜੀ ਉਸ ਪਰਮਾਤਮਾ ਦੀ ਗੁਰਬਾਣੀ ਹੀ ਪੜ੍ਹਨੀ ਹੈ। ਮਨ ਨੂੰ ਢਾਰਸ ਦੇਣ ਵਾਸਤੇ, ਮਨ ਨੂੰ ਹੌਸਲਾ ਦੇਣ ਵਾਸਤੇ, ਦੁਨਿਆਵੀ ਕਿਰਿਆਵਾਂ ਕਰਦਿਆਂ ਵਹਿਣ ਪਾਉਣੇ, ਰੋਣ ਪਿੱਟਣ ਕਰਨਾ, ਇਹ ਗੁਰਸਿੱਖੀ ਦਾ ਸਿਧਾਂਤ ਨਹੀਂ। ਅਤੇ ਰਾਮਕਲੀ ਸੱਦ ਦੇ ਅੰਦਰ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸੇ ਗੱਲ ਦੇ ਉੱਪਰ ਜ਼ੋਰ ਦਿੰਦਿਆਂ ਸੰਗਤਾਂ ਨੂੰ ਇਹ ਹੁਕਮ ਕੀਤਾ, ਇਹ ਬਚਨ ਕੀਤਾ ਹੈ। ਸੋ ਸਤਿਗੁਰੂ ਕਿਰਪਾ ਕਰਨ ਕਿ ਸਾਡੇ ਜੀਵਨ ਦੇ ਅੰਦਰ ਗੁਰੂ ਕੇ ਉਪਦੇਸ਼ ਨੂੰ ਸੁਣਨ ਦੀ ਅਤੇ ਸਮਝਣ ਦੀ ਸਾਨੂੰ ਸੋਝੀ ਬਖਸ਼ਿਸ਼ ਕਰਨ, ਅਤੇ ਜਿਹਨਾਂ ਦਿਹਾੜਿਆਂ ਨੂੰ ਮੁੱਖ ਰੱਖ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸਦੇ ਹਾਂ, ਇਹਨਾਂ ਦਿਹਾੜਿਆਂ ਨੂੰ ਮਨਾਉਣ ਦਾ ਮੰਤਵ ਸਾਡਾ ਤਦ ਹੀ ਪੂਰਾ ਹੋ ਸਕਦਾ ਹੈ ਜੇ ਗੁਰੂ ਕੇ ਹੁਕਮ ਦੇ ਉੱਪਰ ਪਹਿਰਾ ਦੇਈਏ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਰੋਜ਼ਾਨਾ ਆਖਰੀ ਬਚਨ ਕਹਿ ਕੇ ਆਪ ਸੰਗਤਾਂ ਦੇ ਨਾਲ ਫਤਿਹ ਦੀ ਸਾਂਝ ਕਰਾਂ ਕਿ ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਅਤੇ ਸਤਿਗੁਰ ਨੇ ਹੁਕਮ ਵੀ ਕੀਤਾ ਹੈ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ, ਕੀ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਕਿ ਇਸ ਦੁਨੀਆਂ 'ਤੇ ਆਇਆ ਏ, ਇਹ ਸਰੀਰ ਤੈਨੂੰ ਬਖਸ਼ਿਸ਼ ਹੋਇਆ ਏ, ਉਸ ਪਰਮਾਤਮਾ ਨੇ ਕਿਰਪਾ ਕੀਤੀ ਹੈ ਕਿ ਤੈਨੂੰ ਮਨੁੱਖ ਦੇ ਜਾਮੇ ਦੇ ਅੰਦਰ ਇਸ ਧਰਤੀ 'ਤੇ ਭੇਜਿਆ ਏ, ਅਤੇ ਤੂੰ ਕੀਤਾ ਕੀ ਕਰਮ ਕਿਹੜਾ ਕਮਾਇਆ, ਕੇਵਲ ਦੁਨਿਆਵੀ ਧੰਦਿਆਂ 'ਚ ਫਸ ਕਰਕੇ ਉਸ ਪਰਮਾਤਮਾ ਤੋਂ ਲੋੜਾਂ ਦੀ ਪੂਰਤੀ ਵਾਸਤੇ ਹੀ ਬੇਨਤੀਆਂ ਕੀਤੀਆਂ, ਕੇਵਲ ਦਾਤਾਂ ਹੀ ਮੰਗੀਆਂ, ਪਰ ਉਸ ਦੇ ਸ਼ਬਦ ਨੂੰ ਧਾਰਿਆ ਨਹੀਂ, ਸੁਣਿਆ ਨਹੀਂ, ਕਮਾਇਆ ਨਹੀਂ, ਅਤੇ ਤੇਰਾ ਆਇਆ ਇਸ ਜੱਗ ਦੇ ਉੱਪਰ ਸਫਲ ਨਹੀਂ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਅਤੇ ਸਤਿਗੁਰ ਦੇ ਨਾਲ ਚਿੱਤ ਵੀ ਸੰਗਤ ਜੀ ਤਦ ਹੀ ਲੱਗਦਾ ਜੇ ਉਹ ਪਰਮਾਤਮਾ ਕਿਰਪਾ ਕਰੇ, ਰਹਿਮਤ ਕਰੇ ਕਿ ਆਪਣੀ ਮਿਹਰ ਦੀ ਨਜ਼ਰ ਸਾਡੇ 'ਤੇ ਕਰੇ, ਅਤੇ ਉਸ ਪਰਮਾਤਮਾ ਦੇ ਨਾਮ ਨੂੰ ਸੁਣਨ ਦੀ, ਜਪਣ ਦੀ ਅਤੇ ਪੜ੍ਹਨ ਦੀ ਸਾਡੇ ਮਨ ਦੇ ਅੰਦਰ ਚਾਹਤ ਪੈਦਾ ਹੋਵੇ। ਕਿਉਂਕਿ ਗੁਰੂ ਕੇ ਸ਼ਬਦ ਨੂੰ ਸੁਣਨ ਵਾਸਤੇ ਵੀ ਸੰਗਤ ਜੀ ਬੜੇ ਚੰਗੇ ਕਰਮਾਂ ਦੀ ਲੋੜ ਹੁੰਦੀ ਹੈ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੱਸਦੇ ਨੇ ਕਿ ਕਲਯੁੱਗ ਦਾ ਐਡਾ ਕੁ ਪ੍ਰਭਾਵ ਹੈ ਮਨ ਦੇ ਉੱਪਰ ਕਿ ਗੁਰੂ ਕੀ ਗੁਰਬਾਣੀ ਨੂੰ ਸੁਣਨ ਲੱਗਿਆਂ ਅਨੇਕਾਂ ਤਰ੍ਹਾਂ ਦੇ ਮਨ ਦੇ ਅੰਦਰ ਫੁਰਨੇ ਪੈਦਾ ਹੁੰਦੇ ਨੇ, ਸਰੀਰ ਅਨੇਕਾਂ ਤਰ੍ਹਾਂ ਦੀਆਂ ਕਠਿਨਾਈਆਂ ਮਹਿਸੂਸ ਕਰਦਾ ਹੈ। ਵੈਸੇ ਕਿਸੇ ਦੇ ਨਾਲ ਗੱਲਬਾਤ ਕਰਦਿਆਂ ਬੈਠਦਿਆਂ ਭਾਵੇਂ 2 ਘੰਟੇ 4 ਲੱਗ ਜਾਣ, ਅਤੇ ਜੇਕਰ ਇੱਕ ਮਨ ਇੱਕ ਚਿੱਤ ਹੋ ਕਰਕੇ ਕਿਤੇ 10 ਮਿੰਟ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਣਾ ਪੈ ਜਾਵੇ, ਅਤੇ ਕਈ ਤਰ੍ਹਾਂ ਦੀਆਂ ਤਕਲੀਫਾਂ ਉਤਪੰਨ ਹੋਣ ਲੱਗ ਪੈਂਦੀਆਂ ਹਨ। ਉਹਦਾ ਕਾਰਨ ਇਹ ਹੈ ਕਿ ਇਹ ਸਰੀਰ ਜੋ ਮਿਲਿਆ ਹੈ ਅਤੇ ਇਹਦੇ ਅੰਦਰ ਦੀ ਜਿਹੜੀ ਬਿਰਤੀ ਹੈ, ਕਈ ਜੂਨਾਂ ਦੇ ਵਿੱਚੋਂ ਹੁੰਦਿਆਂ ਹੋਇਆਂ ਇਸ ਸਰੀਰ ਤੱਕ ਪਹੁੰਚੀ ਹੈ, ਅਤੇ ਇੰਨੇ ਜਨਮਾਂ ਜਨਮਾਂ ਦੀ ਲੱਗੀ ਹੋਈ ਮੈਲ, ਇੰਨੇ ਜਨਮਾਂ ਜਨਮਾਂ ਦੇ ਕੀਤੇ ਹੋਏ ਜਿਹੜੇ ਕਾਰਜ ਨੇ, ਉਹ ਇਸ ਸਰੀਰ ਦੇ ਅੰਦਰ ਵੀ ਐਡਾ ਕੁ ਪ੍ਰਭਾਵ ਰੱਖਦੇ ਨੇ ਕਿ ਗੁਰੂ ਕੀ ਗੁਰਬਾਣੀ ਨੂੰ ਸੁਣਨ ਲੱਗਿਆਂ, ਪੜ੍ਹਨ ਲੱਗਿਆਂ, ਸੰਗਤ ਕਰਨ ਲੱਗਿਆਂ, ਉਹ ਮਨ ਨੂੰ ਇਕਾਗਰਤਾ ਉਹ ਹੋਣ ਨਹੀਂ ਦਿੰਦੇ। ਅਤੇ ਫਿਰ ਆ ਸਤਿਗੁਰੂ ਹੀ ਕਿਰਪਾ ਕਰੇ, ਸਤਿਗੁਰ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਜਿੱਥੇ ਤੇਰੇ ਤੋਂ ਐਡੀਆਂ ਦਾਤਾਂ ਮੰਗਦੇ ਹਾਂ, ਤੇਰੇ ਅੱਗੇ ਝੋਲੀਆਂ ਅੱਡਦੇ ਹਾਂ, ਇੰਨੀ ਕੁ ਬੇਨਤੀ ਕਰ ਦਈਏ ਕਿ ਰਹਿਮਤ ਕਰ, ਸਾਡੇ 'ਤੇ ਮਿਹਰ ਕਰ, ਸਾਨੂੰ ਤੇਰੇ ਨਾਮ ਦੀ ਸੋਝੀ ਆ ਜਾਵੇ, ਸਾਨੂੰ ਤੇਰੇ ਨਾਮ ਨੂੰ ਸੁਣਨ ਦੀ, ਤੇਰੇ ਨਾਮ ਨੂੰ ਜਪਣ ਦੀ ਸਤਿਗੁਰੂ ਤਾਕਤ ਮਿਲ ਜਾਵੇ। ਅਤੇ ਸੰਗਤ ਜੀ ਯਾਦ ਰੱਖਿਓ, ਘਰ ਬਾਰ ਦੀਆਂ ਦਾਤਾਂ, ਦੁਨਿਆਵੀ ਦਾਤਾਂ ਤਾਂ ਬਹੁਤ ਮੰਗਦੇ ਹਾਂ, ਪਰ ਇਹ ਇੱਕ ਐਸੀ ਦਾਤ ਹੈ, ਮਹਾਂਪੁਰਖਾਂ ਪਾਸੋਂ ਬਚਨ ਸੁਣਦੇ ਹਾਂ ਕਿ ਜਿਸ ਨੇ ਗੁਰੂ ਦੀ ਸਿੱਖੀ ਮੰਗ ਲਈ ਅਤੇ ਉਸ ਸਿੱਖੀ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਕਿਰਪਾ ਦੁਆਰਾ ਦੁਨਿਆਵੀ ਵਸਤਾਂ 'ਤੇ ਆਪਣੇ ਆਪ ਹੀ ਨਾਲ ਆ ਜਾਂਦੀਆਂ ਨੇ, ਪਰ ਅਸੀਂ ਮਨ ਵਸ ਹੋ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਸਿੱਖੀ ਦੀ ਜਗ੍ਹਾ ਦੁਨਿਆਵੀ ਮੰਗਾਂ ਤੱਕ ਸੀਮਤ ਰਹਿ ਜਾਂਦੇ ਹਾਂ। ਅਤੇ ਸਤਿਗੁਰੂ ਕਿਰਪਾ ਕਰਨ
ਕਿ ਜਿਹੜੇ ਚੱਲ ਰਹੇ ਦੀਵਾਨ ਹਨ ਆਉਣ ਵਾਲੇ ਦਿਨਾਂ ਦੇ ਅੰਦਰ ਵੀ ਸਤਿਗੁਰ ਦੀ ਰਹਿਮਤ ਦੇ ਦੁਆਰਾ ਜਿਹੜੇ ਭੱਟ ਸਾਹਿਬਾਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਰੂਪ ਦੇ ਅੰਦਰ ਸਤਿਗੁਰ ਜੀ ਨੇ ਕਿਰਪਾ ਕੀਤੀ ਹੈ, ਉਹਨਾਂ ਦੇ ਜੀਵਨ ਉਹ ਕੱਲ੍ਹ ਦੇ ਦੀਵਾਨ ਤੋਂ ਆਪਾਂ ਆਰੰਭ ਕਰਾਂਗੇ। ਅਤੇ ਗੁਰਸਿੱਖ ਜਿਹੜੇ ਚਾਰ ਸਤਿਗੁਰ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਦੇ ਉੱਪਰ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਥਾਨ ਦਿੱਤਾ ਹੈ, ਉਹਨਾਂ ਦੇ ਜੀਵਨ ਅੱਜ ਆਪਾਂ ਬਾਬਾ ਸੁੰਦਰ ਜੀ ਜਿਹੜੇ ਸਨ ਉਹ ਚੌਥੇ ਗੁਰਸਿੱਖ ਸਨ ਜਿਨ੍ਹਾਂ ਨੂੰ ਆਪਾਂ ਯਾਦ ਕੀਤਾ ਹੈ। ਅਤੇ ਸਤਿਗੁਰੂ ਕਿਰਪਾ ਕਰਨ ਕੇ ਆਪ ਸੰਗਤਾਂ ਦੀ ਹਾਜ਼ਰੀ ਦਰ ਘਰ ਚੱਲ ਕੇ ਆਇਆਂ ਦੀ ਹਾਜ਼ਰੀ ਪ੍ਰਵਾਨ ਕਰਨ। ਅਤੇ ਇੱਕ ਵਾਰ ਫਿਰ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸੰਗਤਾਂ ਨੂੰ ਕੋਟਾਨ ਕੋਟ ਵਧਾਈਆਂ। ਸਤਿਗੁਰੂ ਕਿਰਪਾ ਕਰਨ ਕਿ ਜਿਵੇਂ ਦਰਬਾਰ ਸਾਹਿਬ ਵਿਖੇ ਸਤਿਗੁਰ ਸੱਚੇ ਪਾਤਸ਼ਾਹ ਨੇ ਪ੍ਰਕਾਸ਼ ਕਰਕੇ ਦੁਨੀਆਂ ਨੂੰ ਲੁਕਾਈ ਨੂੰ ਸੱਚ ਦੇ ਚਾਨਣ ਦੀ ਉਹ ਜੋਤ ਪ੍ਰਗਟਾਈ, ਇਸੇ ਤਰ੍ਹਾਂ ਸਤਿਗੁਰੂ ਅੱਜ ਦਾਤਾਂ ਬਖਸ਼ ਦੇਣ ਕਿ ਸਾਡੇ ਮਨ ਅੰਦਰ ਵੀ ਮੇਰੇ ਗੁਰੂ ਦੀ ਗੁਰਬਾਣੀ ਦਾ ਪ੍ਰਕਾਸ਼ ਕਰ ਦੇਣ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਸਾਡੀ ਪ੍ਰੀਤ ਬਣ ਆਵੇ। ਇਸੇ ਦੇ ਨਾਲ ਅੱਜ ਦੇ ਦੀਵਾਨ ਦੀ ਸਮਾਪਤੀ ਹੈ ਜੀ। ਸਤਿਗੁਰੂ ਕਿਰਪਾ ਕਰਨ ਉਪਰੰਤ ਸਤਿਗੁਰੂ ਜੀ ਦੇ ਸੁਖਾਸਣ ਹੋਣੇ ਨੇ, ਥੋੜ੍ਹਾ ਕੁ ਸਮਾਂ ਹੋਰ ਬਿਰਾਜਮਾਨ ਹੋ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਲਈਏ। ਦਾਸ ਪਾਸੋਂ ਇੱਕ ਨਹੀਂ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਆਪ ਸੰਗਤ ਮੇਰਾ ਸਤਿਗੁਰੂ ਬਖਸ਼ਣ ਹਾਰ ਹੈ, ਬਖਸ਼ ਲੈਣਾ ਅਤੇ ਸਤਿਗੁਰੂ ਦੇ ਚਰਨਾਂ ਦੀ ਹਾਜ਼ਰੀ ਭਰਨ ਦੇ ਯੋਗ ਸਤਿਗੁਰੂ ਬਣਾ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਤੀ, ਮਨਵ ਜੀਆ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ